ਕੁਝ ਆਮ ਦੇ ਤੁਸੀਂ ਵੇਖ ਰਹੇ ਹੋ ਗੱਲਾਂ ਤੇ ਗੀਤ ਜ਼ਿੰਦਗੀ ਇੱਕੋ ਵਾਰ ਮਿਲਦੀ ਆ ਤੇ ਉਹਦਾ ਸਹੀ ਇਸਤੇਮਾਲ ਕਰੋ ਤਾਂ ਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ ਜੋ ਵਿਦਿਆਰਥੀ ਨੇ ਉਹ ਸਹੀ ਇਸਤੇਮਾਲ ਕਰਨ ਜ਼ਿੰਦਗੀ ਦਾ ਕਿ ਜਿਸ ਤਰ੍ਹਾਂ ਦੇ ਉਹ ਵਿਦਿਆ ਹਾਸਲ ਕਰਨਾ ਚਾਹੁੰਦੇ ਨੇ ਠੀਕ ਉਸ ਤਰ੍ਹਾਂ ਦੀ ਵਿਦਿਆ ਹਾਸਲ ਕਰਨ ਤੇ ਜਿਹੜੇ ਫੀਲਡ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਠੀਕ ਉਸੇ ਖੇਤਰ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਆਪਣਾ ਮਨਪਸੰਦ ਰਾਹ ਚੁਣੋ ਫਿਰ ਤਰੱਕੀਆਂ ਦੇ ਉੱਤੇ ਅੱਗੇ ਵਧਦੇ ਜਾਓ ਸੋ ਜਿਹੜੇ ਸਟੂਡੈਂਟਸ ਕਰਨਾ ਚਾਹੁੰਦੇ ਨੇ ਪੋਲੀਟੈਕਨਿਕ ਜਿਹੜੇ ਕਰਨਾ ਚਾਹੁੰਦੇ ਨੇ ਆਈਟੀਆਈ ਉਹਨਾਂ ਵਾਸਤੇ ਇਹ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ ਉਹ ਇਸ ਪ੍ਰੋਗਰਾਮ ਨੂੰ ਵੇਖਣ ਤੇ ਆਪਣੇ ਕੈਰੀਅਰ ਨੂੰ ਨਿਰਧਾਰਿਤ ਕਰਨ ਗਾਈਡੈਂਸ ਦੇਣ ਵਾਸਤੇ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਡਾਕਟਰ ਜਗਰੂਪ ਸਿੰਘ ਜੀ ਪ੍ਰਿੰਸੀਪਲ ਮਹਿਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੋਂ ਸਤਿ ਸ਼੍ਰੀ ਅਕਾਲ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਸ਼ੋਅ ਦੇ ਵਿੱਚ ਸੋ ਸਟੂਡੈਂਟਸ ਨੂੰ ਅਕਸਰ ਕਨਫਿਊਜ਼ਨ ਹੁੰਦਾ ਕਿਉਂਕਿ ਉਮਰ ਹੀ ਕੁਝ ਅਜਿਹੀ ਹੁੰਦੀ ਹੈ ਤਜਰਬਾ ਨਹੀਂ ਹੈ ਤਾਂ ਫਿਰ ਤੁਹਾਡੇ ਵਰਗਾ ਤਜਰਬੇਕਾਰ ਜਦੋਂ ਸਾਡੇ ਕੋਲ ਮੌਜੂਦ ਹੈ ਤਾਂ ਕਿਉਂ ਨਾ ਫਿਰ ਅਸੀਂ ਫਾਇਦਾ ਲਈਏ ਇਸ ਚੀਜ਼ ਦਾ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਦੇ ਜਾਨਣਾ ਚਾਹਣਗੇ ਕਿ ਪੋਲੀਟੈਕਨਿਕ ਤੇ ਆਈਟੀਆਈ ਇਹ ਦੋਵਾਂ ਵਿੱਚ ਫਰਕ ਕੀ ਕਿਉਂਕਿ ਅਸੀਂ ਇਹ ਦੋਵਾਂ ਸ਼ਬਦਾਂ ਨੂੰ ਇਸਤੇਮਾਲ ਕਰ ਰਹੇ ਹਾਂ ਆਈਟੀਆਈ ਅਤੇ ਪੋਲੀਟੈਕਨਿਕ ਦੋਵੇਂ ਹੀ ادارے ਤਕਨੀਕੀ ਸਿੱਖਿਆ ਨਾਲ ਜੁੜੇ ਹੋਏ ਹਨ ਜੀ ਆਈਟੀਆਈ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਇਹ ਉਹ ਅਧਾਰਾ ਹੈ ਜਿੱਥੇ ਵਿਦਿਆਰਥੀ ਇੱਕ ਜਾਂ ਦੋ ਸਾਲ ਦੇ ਤਕਨੀਕੀ ਜਾਂ ਗੈਰ ਤਕਨੀਕੀ ਵਿਸ਼ੇ ਦੇ ਉੱਪਰ ਸਕਿੱਲ ਟ੍ਰੇਨਿੰਗ ਪ੍ਰੋਗਰਾਮਸ ਕਰਦੇ ਹਨ ਤੇ ਇਹਨਾਂ ਸਾਰੇ ਹੀ ਪ੍ਰੋਗਰਾਮਸ ਦੀ ਮਾਨਤਾ ਐਨਸੀਬੀਟੀ ਨੈਸ਼ਨਲ ਕਾਉਂਸਲ ਆਫ ਵੋਕੇਸ਼ਨਲ ਟ੍ਰੇਨਿੰਗ ਜਾਂ ਐਸਈਬੀਟੀ ਸਟੇਟ ਕਾਉਂਸਲ ਆਫ ਵੋਕੇਸ਼ਨਲ ਟ੍ਰੇਨਿੰਗ ਨਾਲ ਜੁੜੀ ਹੋਈ ਹੁੰਦੀ ਹੈ ਜੀ ਤੇ ਪੋਲੀਟੈਕਨਿਕ ਦਾ ਅਰਥ ਹੈ ਬਹੁ ਤਕਨੀਕੀ ਜਾਨੀ ਜਿੱਥੇ ਨਾ ਨਾ ਪ੍ਰਕਾਰ ਦੇ ਟੈਕਨੀਕਲ ਡਿਪਲੋਮਾਸ ਜਾਂ ਪੋਸਟ ਡਿਪਲੋਮਾਸ ਕਰਵਾਏ ਜਾਂਦੇ ਨੇ ਜਿਹੜੇ ਕਿ ਪ੍ਰਮੁਖ ਤੌਰ ਤੇ 3 ਸਾਲ ਦੇ ਜਾਂ 2 ਸਾਲ ਦੇ ਹੁੰਦੇ ਹਨ ਤੇ ਇਹ ਜਿਹੜੇ ਸਾਰੇ ਡਿਪਲੋਮਾਸ ਨੇ ਇਹ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ এডੂਕੇਸ਼ਨ ਚੰਡੀਗੜ੍ਹ ਨਾਲ ਅਫੀਲੀਏਟਡ ਨੇ ਤੇ ਇਹਨਾਂ ਦੀ ਮਾਨਤਾ ਜਿਹੜੀ ਹੈ ਉਹ 올 ਇੰਡੀਆ ਕਾਉਂਸਲ ਆਫ ਟੈਕਨੀਕਲ ਨਿਊ ਦਿੱਲੀ ਨਾਲ ਕੀਤੀ ਜਾਂਦੀ ਹੈ ਜਿੱਥੋਂ ਤੱਕ ਤੁਸੀਂ ਬੁਨਿਆਦੀ ਫਰਕ ਦੀ ਗੱਲ ਕੀਤੀ ਹੈ ਆਈਟੀਆਈ ਵਿੱਚ ਇੱਕ ਵਿਅਰਥੀ ਜੋ ਵਿਦਿਆਰਥੀ ਹੈ ਉਹ ਟ੍ਰੇਨ ਹੋ ਕੇ ਸਕਿਲਡ ਕਰਾਫਟਸਮੈਨ ਬਣਦਾ ਹੈ ਜਾਂ ਟੈਕਨੀਸ਼ੀਅਨ ਬਣਦਾ ਹੈ ਤੇ ਡਿਪਲੋਮਾ ਕਰਨ ਤੋਂ ਬਾਅਦ ਪੋਲੀਟੈਕਨਿਕ ਕਰਨ ਤੋਂ ਬਾਅਦ ਉਹ ਜਿਹੜਾ ਵਿਦਿਆਰਥੀ ਹੈ ਉਹ ਜੂਨੀਅਰ ਇੰਜੀਨੀਅਰ ਬਣਦਾ ਹੈ ਜਿਹੜਾ ਕਨੈਕਟਿੰਗ ਲਿੰਕ ਹੈ ਇੱਕ ਸਕਿਲਡ ਕਰਾਫਟਸਮੈਨ ਔਰ ਆਪਣੇ ਅਪਰ ਰੈਂਕ ਜਿਹੜੇ ਇੰਜੀਨੀਅਰ ਦੇ ਨਾਲ ਇਹ ਕਨੈਕਟਿੰਗ ਲਿੰਕ ਦਾ ਕੰਮ ਕਰਦਾ ਹੈ ਸੋ ਸਾਨੂੰ ਪਤਾ ਹੋਣਾ ਚਾਹੀਦਾ ਵੀ ਆਈਟੀਆਈ ਤਾਂ ਕਰਨੀ ਹੈ ਜੇ ਅਸੀਂ ਕਰਾਫਟਸਮੈਨ ਬਣਨਾ ਹੈ ਅਸੀਂ ਇੱਕ ਮਾਹਰ ਟੈਕਨੀਸ਼ੀਅਨ ਬਣਨਾ ਹੈ ਤੇ ਡਿਪਲੋਮਾ ਕਰਨਾ ਹੈ ਜਾਂ ਪੋਲੀਟੈਕਨਿਕ ਜਾਣਾ ਹੈ ਜਦੋਂ ਅਸੀਂ ਜੂਨੀਅਰ ਇੰਜੀਨੀਅਰ ਬਣ ਕੇ ਅੱਗੇ ਅਸੀਂ ਸਟੱਡੀਜ਼ ਦਾ ਵਧਾ ਕਰਨੀ ਹੈ ਸੋ ਓਕੇ ਸੋ ਇਹਦੇ ਵਿੱਚ ਸਬਜੈਕਟਸ ਕਿਹੜੇ-ਕਿਹੜੇ ਨੇ ਪੋਲੀਟੈਕਨਿਕ ਦੇ ਵਿੱਚ ਕਿਹੜੇ ਸਬਜੈਕਟਸ ਆਉਣਗੇ ਆਈਟੀਆਈ ਦੇ ਵਿੱਚ ਕਿਹੜੇ ਸਬਜੈਕਟਸ ਆਉਣਗੇ ਕਲੀਅਰ ਹੋ ਜਾਏ ਤਾਂ ਫਿਰ ਉਸ ਤੋਂ ਬਾਅਦ ਚੋਣ ਕਰਨੀ ਆਸਾਨ ਹੋਏਗੀ ਵਿਦਿਆਰਥੀਆਂ ਵਾਸਤੇ ਆਈਟੀਆਈ ਜਿਸ ਤਰ੍ਹਾਂ ਮੈਂ ਕਿਹਾ ਕਿ ਕੁਝ ਟੈਕਨੀਕਲ ਤੇ ਕੁ ਨਾਨ ਟੈਕਨੀਕਲ ਕੋਰਸਸ ਹੁੰਦੇ ਹਨ ਜਿਹੜੇ ਟੈਕਨੀਕਲ ਜਿਹੜੇ ਟ੍ਰੈਡੀਸ਼ਨਲ ਜਿਹੜੇ ਆਮ ਤੌਰ ਤੇ ਅਗਰ ਆਪਾਂ ਆਈਟੀਆ ਦੀ ਗੱਲ ਕਰੀਏ ਹਰ ਇੱਕ ਲੇਮਨ ਦੇ ਮਨ ਚ ਜੁਆਉਂਦੇ ਆ ਜਿਸ ਤਰ੍ਹਾਂ ਡੀਜ਼ਲ ਮੈਕੈਨਿਕ ਹੈ ਮੋਟਰ ਮੈਕੈਨਿਕ ਹੈ ਜੀ ਰੈਫਰਿਜੇਸ਼ਨ 에ਅਰ ਕੰਡੀਸ਼ਨਿੰਗ ਹੈ ਰਾਈਟ ਉਦੇ ਵਿੱਚ ਕਾਰਪਨਟਰੀ, ਬਲੈਕ ਸਮਿਥੀ, ਟਰਨਰ, ਫਿਟਰ, ਡਰਾਫਟਸਮੈਨ ਸਿਵਲ, ਡਰਾਫਟਸਮੈਨ ਮਕੈਨੀਕਲ ਇਹ ਸਾਰੇ ਪ੍ਰੋਗਰਾਮਸ ਆ ਜਾਂਦੇ ਆ ਤੇ ਫਿਰ ਉਸ ਦੇ ਨਾਲ ਨੌਨ ਟੈਕਨੀਕਲ ਦੀ ਮੈਂ ਗੱਲ ਕੀਤੀ ਜਿਸ ਸਟੈਨੋਗ੍ਰਾਫੀ ਹੈ ਹਿੰਦੀ, ਸਟੈਨੋਗ੍ਰਾਫੀ, ਇੰਗਲਿਸ਼, ਹੈਅਰ ਐਂਡ ਸਕਿਨ ਕੇਅਰ, ਡਰੈਸ ਮੇਕਿੰਗ ਇਸ ਤਰ੍ਹਾਂ ਦੇ ਪ੍ਰੋਗਰਾਮਸ ਆ ਜਿਹੜੇ ਡਾਈਂਗ ਐਂਡ ਬਲੀਚਿੰਗ ਇਹ ਸਾਰੇ ਪ੍ਰੋਗਰਾਮਸ ਕਟਿੰਗ ਐਂਡ ਟੇਲਰਿੰਗ ਇਹ ਸਾਰੇ ਆ ਜਾਂਦੇ ਆ ਤੇ ਫਿਰ ਅੱਜ ਕੱਲ ਦੀ ਡਿਮਾਂਡ ਦੇ ਸਾਹਮਣੇ ਕਿਉਂਕਿ ਜਿਸ ਤਰ੍ਹਾਂ ਪ੍ਰੋਗਰੈਸ ਹੁੰਦੀ ਹੈ ਗਲੋਬਲੀ ਤਾਂ ਸਾਡੇ ਜਿਹੜੇ ਟ੍ਰੈਡੀਸ਼ਨਲ ਕੋਰਸੇ ਵੀ ਚੇਂਜ ਹੋ ਜਾਂਦੇ ਨੇ ਅੱਜ ਕੱਲ ਦੇ ਸਾਹਮਣੇ ਕੈਡ ਕੈਮ ਇਹਦੀ ਬਹੁਤ ਲੋੜ ਹੈ ਡੈਸਕਟਾਪ ਪਬਲਿਸ਼ਿੰਗ ਉਸ ਤੋਂ ਬਾਅਦ ਆ ਜਾਂਦਾ ਹੈ ਪੀ ਐਲ ਸੀ ਪ੍ਰੋਗਰਾਮ ਲੌਜੀਕ ਕੰਟਰੋਲ ਦੇ ਉੱਪਰ ਹੈ ਹਾਰਡਵੇਅਰ ਸੌਫਟਵੇਅਰ ਇਹ ਸਾਰੇ ਪ੍ਰੋਗਰਾਮ ਆਏ ਇਸੇ ਤਰ੍ਹਾਂ ਪੋਲੀਟੈਕਨਿਕ ਦੇ ਵਿੱਚ ਜਿਹੜੇ ਕੋਰਸੇ ਆ ਟ੍ਰੈਡੀਸ਼ਨਲ ਸਿਵਲ ਇਲੈਕਟ੍ਰੀਕਲ ਮਕੈਨਿਕਲ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਆਟੋਮੋਬਾਈਲ ਫਾਰ ਉਦੇ ਨਾਲ ਆ ਜਾਂਦਾ ਲੈਦਰ ਟੈਕਨੋਲੋਜੀ ਹੈ ਪ੍ਰੋਡਕਸ਼ਨ ਇੰਜੀਨੀਅਰਿੰਗ ਹੈ ਰਾਈਟ ਸਰ ਇਸ ਤਰ੍ਹਾਂ ਦੇ ਪ੍ਰੋਗਰਾਮਸ ਆ ਜਾਂਦੇ ਉਹਦੇ ਵਿੱਚ ਵੀ ਫਿਰ ਐਡਵਾਂਸ ਪ੍ਰੋਗਰਾਮ ਹੈ ਸੌਫਟਵੇਅਰ ਇੰਜੀਨੀਅਰਿੰਗ ਹੈ ਕਲਾਊਡ ਕੰਪਿਊਟਿੰਗ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਤਰ੍ਹਾਂ ਦੇ ਪ੍ਰੋਗਰਾਮ ਹੈਗੇ ਔਰ ਡਿਮਾਂਡ ਦੇ ਹਿਸਾਬ ਨਾਲ ਜਿਹੜੇ ਆ ਜਿਹੜੇ ਵਿਅਕਤੀ ਦਾ ਇੰਟਰਸਟ ਹੈ ਚੁਗਾ ਦੇ ਹਿਸਾਬ ਨਾਲ ਉਹ ਬੱਚੇ ਆਪਟ ਕਰ ਸਕਦੇ ਸੋ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਜਦੋਂ ਅਸੀਂ ਕੋਈ ਵੀ ਕੋਰਸ ਜੁਆਇਨ ਕਰਦੇ ਆ ਕਿਤੇ ਵੀ ਐਡਮਿਸ਼ਨ ਲੈਣੇ ਆ ਅੱਗੇ ਜਾ ਕੇ ਬਣੂਗਾ ਕਿ ਸਾਨੂੰ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਸਾਨੂੰ ਕੋਈ ਕੰਮ ਮ ਸੋ ਉਸ ਤੋਂ ਬਾਅਦ ਸਕੋਪ ਕੀ ਹੈ ਉਸ ਤੋਂ ਬਾਅਦ ਕੋਈ এমਪਲॉयਮੈਂਟ ਹੈ ਕਿ ਫਿਰ ਇਸ ਤਰ੍ਹਾਂ ਹੀ ਵਿਲੇ ਘੁਮਣਾ ਪੈਂਦਾ ਜਦੋਂ ਵਿਦਿਆਰਥੀ ਕਿਸੇ ਆਈਟੀਆਈ ਜਾਂ ਪੋਲੀਟੈਕਨਿਕ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਤਿੰਨ ਚੀਜ਼ਾਂ ਲੈ ਕੇ ਉਹਦੇ ਮਨਛ ਹੁੰਦੀਆਂ ਨੇ ਪਹਿਲਾ ਤਾਂ ਹੈ ਕਿ ਮੈਂ ਇਸ ਕੋਰਸ ਕਰਨ ਤੋਂ ਬਾਅਦ ਕੋਈ ਨੌਕਰੀ ਕਰਨੀ ਹੈ ਜੀ ਦੂਸਰਾ ਉਹਦਾ ਮਨ ਹੁੰਦਾ ਵੀ ਮੈਂ ਕੋਈ ਰੁਜ਼ਗਾਰ ਖੋਲਣਾ ਹੈ ਮੈਂ ਆਪਣਾ ਕੰਮ ਚਲਾਣਾ ਕੋਈ ਇਹ ਮੈਂ ਸਿੱਖ ਕੇ ਅੱਗੇ ਚੱਲਣਾ ਤੇ ਤੀਸਰਾ ਉਹਦੇ ਮਨਛ ਹੁੰਦਾ ਕਿ ਮੈਂ ਹਾਇਰ ਸਟੱਡੀਜ਼ ਮੈਂ ਇਸ ਤੋਂ ਅੱਗੇ ਵੱਧ ਕੇ ਔਰ ਜਾਣਾ ਸੋ ਤਿੰਨਾ ਹੀ ਮੋਟਿਵ ਟੂ ਲੈ ਕੇ ਜਿਹੜਾ ਮਨ ਚੱਲਦਾ ਉਸੇ ਹਿਸਾਬ ਨਾਲ ਕਰਦਾ ਜੇ ਉਹ ਬੱਚਾ ਆਈਟੀ ਦਾ ਕੋਰਸ ਕਰਦਾ ਸਾਲ ਦਾ ਜੇ 2 ਸਾਲ ਦਾ ਉਸ ਤੋਂ ਬਾਅਦ ਉਹਦੀ ਪਲੇਸਮੈਂਟ ਆਰਾਮ ਨਾ ਹੋ ਜਾਂਦੀ ਔਰ ਇਹਦੇ ਕਰਕੇ ਇਹ ਡਿਮਾਂਡ ਹੈ ਪ੍ਰੋਗਰਾਮ ਦੀ ਕਿਉਂਕਿ ਇਹਦੇ ਵਿੱਚ ਬਹੁਤ ਆ ਜਿਆਦਾ ਸਾਇੰਸ ਮੈਥ ਇਨਵੋਲਵ ਨਹੀਂ ਹੁੰਦਾ ਤੇ ਬੱਚੇ ਆਪਣਾ ਕੰਮ ਵੀ ਰੁਜ਼ਗਾਰ ਜਿਸ ਤਰ੍ਹਾਂ ਨੇ ਕੋਈ ਕਾਰਪੈਂਟਰੀ ਦਾ ਕੰਮ ਕੀਤਾ ਤਾਂ ਆਪਣਾ ਕੰਮ ਖੋਲ ਸਕਦਾ ਅਗਰ ਕੋਈ ਉਹਦੇ ਪਰਿਵਾਰਕ ਕੋਈ ਚੱਲ ਰਿਹਾ بزਨਸ ਹੈ ਉਹਦੇ بزਨਸ ਦਾ ਉਸੇ ਹਿਸਾਬ ਨਾਲ ਸੰਬੰਧਿਤ ਕੋਰਸ ਕਰ ਸਕਦਾ ਜਦੋਂ ਕਿ ਪੋਲੀਟੈਕਨਿਕ ਦਾ ਬੱਚਾ ਹੁੰਦਾ ਜਦੋਂ ਡਿਪਲੋਮਾਸ ਕਰਕੇ ਜਾਂਦਾ ਤੇ ਉਹਦੇ ਵਿੱਚ ਵੀ ਮਨ ਹੁੰਦੀ ਹੈ ਕਿਉਂਕਿ ਪੋਲੀਟੈਕਨਿਕ ਤੋਂ ਬਾਅਦ ਸਾਡੇ ਕੋਲ ਪਲੇਸਮੈਂਟ ਹੈ ਬਹੁਤ ਅੱਛੀ ਪਲੇਸਮੈਂਟ ਹੈ ਉਹਦੇ ਹਿਸਾਬ ਨਾਲ ਉਹਨੂੰ ਮਿਲ ਜਾਂਦੀ ਹੈ ਕਿਉਂਕਿ ਦੇਖੋ ਅੱਜ ਕੱਲ ਵੀ ਦੇਖਿਆ ਜਾਓ ਤੁਸੀਂ ਤੁਹਾਨੂੰ ਇੰਜੀਨੀਅਰ ਜਲਦੀ ਮਿਲ ਜਾਂਦਾ ਲੇਕਿਨ ਜੇ ਕਹੀਏ ਇਲੈਕਟ੍ਰੀਸ਼ੀਅਨ ਹੈ ਜਾਂ ਸਾਡੇ ਕੋਲ ਕੋਈ ਪਲੰਬਰ ਹੈ ਸਾਨੂੰ ਲੱਭਦੇ ਲੱਭਦੇ ਸਾਨੂੰ ਕਰਨ ਬੜੀ ਮੁਸ਼ਕਲ ਹੁੰਦੀ ਹੈ ਤਾਂ ਸਕੋਪ ਇਹਦੇ ਵਿੱਚ ਬਹੁਤ ਹੈ ਹਰ ਇੱਕ ਫੀਲਡ ਦੇ ਵਿੱਚ ਲੇਕਿਨ ਸਿਰਫ ਇਹ ਸ਼ਿੱਦਤ ਨਾਲ ਇੱਕ ਚੀਜ਼ ਸਿੱਖਣੀ ਹੈ ਪ੍ਰੈਕਟੀਕਲ ਜਿਹੜਾ ਸੀ ਕਰਨਾ ਉਹ ਪ੍ਰੋਪਰ ਸਿੱਖਿਆ ਜਾਵੇ ਸਾਡੇ ਕੋਲ ਇਹ ਜਿਸ ਤਰ੍ਹਾਂ ਤਜਰਬਾ ਸਾਡਾ ਇਨਕਰੀਸ ਹੋ ਜਾਏਗਾ ਸਾਡੀ ਸੈਲਰੀ ਜਿਹੜੀ ਉਹ ਇਨਹਾਂਸ ਹੁੰਦੀ ਜਾਂਦੀ ਹੈ ਅਸੀਂ ਇਸ ਫੀਲਡ ਵਿੱਚ ਬਹੁਤ ਅੱਛੀ ਪਲੇਸਮੈਂਟ ਹੈ ਸੋ ਦੋਵਾਂ ਨੂੰ ਡਿਫਰੈਂਟ ਕਰਕੇ ਸਾਨੂੰ ਇਹ ਦੱਸੋ ਕਿ ਜੇ ਪੋਲੀਟੈਕਨਿਕ ਵਿੱਚ ਆਣਾ ਹੋਵੇ ਯੋਗਤਾ ਕੀ ਚਾਹੀਦੀ ਹੈ ਕੀ ਕੁਆਲਿਫੀਕੇਸ਼ਨਸ ਚਾਹੀਦੀਆਂ ਨੇ ਜੇ ਆਈਟੀਆ ਚਾਹਣਾ ਚਾਹੇ ਉਹ ਬੱਚਾ ਤਾਂ ਫਿਰ ਉਹਦੇ ਵਾਸਤੇ ਕੀ ਕੁਆਲਿਫੀਕੇਸ਼ਨਸ ਕੀ ਯੋਗਤਾ ਚਾਹੀਦੀ ਹੈ ਆਈਟੀਆ ਦੇ ਮੱਜਨੇ ਪ੍ਰੋਗਰਾਮ ਦਸੇ ਉਹਦੇ ਵਿੱਚ ਜ਼ਿਆਦਾਤਰ ਕੋਰਸ ਵਿੱਚ 10ਵੀਂ ਕੁਆਲਿਫਿਕੇਸ਼ਨ ਹੈ 10th ਪਾਸ ਲੇਕਿਨ ਕੁਝ ਕੋਰਸ 1 ਸਾਲ ਦੇ ਨੇ ਜਿਸ ਤਰ੍ਹਾਂ ਵੈਲਡਰ ਦਾ ਕੋਰਸ ਹੈ ਕਟਿੰਗ ਐਂਡ ਟੇਲਰਿੰਗ ਹੈ ਇਹਨਾਂ ਸਾਰੇ ਅੱਠਵੀਂ ਯੋਗਤਾ ਹੈ ਅੱਠਵੀਂ ਤੋਂ ਬਾਅਦ ਬੱਚਾ ਉਹ ਕਰਕੇ ਆਪਣਾ ਰੋਜਗਾਰ ਆਪਣਾ ਕੰਮ ਚਲਾ ਸਕਦਾ ਹੈ ਲੜਕੀਆਂ ਵਾਸਤੇ ਬਿਊਟੀਸ਼ੀਅਨ ਕੋਰਸ ਹੈ ਕਟਿੰਗ ਐਂਡ ਟ੍ਰਿਲਿੰਗ ਹੈ ਫੈਸ਼ਨ ਡਿਜ਼ਾਈਨਿੰਗ ਹੈ ਉਹ ਇਹ ਅੱਠਵੀਂ ਤੋਂ ਬਾਅਦ ਵੀ ਹੈ ਲੇਕਿਨ ਪੋਲੀਟੈਕਨਿਕ ਵਾਸਤੇ ਸਿਰਫ ਤੇ ਸਿਰਫ ਦਸਵੀਂ ਹੈ ਮੇਨ ਕੁਆਲਿਫੀਕੇਸ਼ਨ ਦਸਵੀਂ ਹੋਏਗੀ ਉਹਦੇ ਵਿੱਚ ਵੀ ਮੈਥ ਸਾਇੰਸ ਇੰਗਲਿਸ਼ ਹੋਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਤੁਸੀਂ एडमिशन ले सकते हो पॉलिटेक्निक में डिप्लोमा लेकिन कुछ डिप्लोमा में जिस तरह फार्मेसी है उथे प्लस 2 है हम्म हम्म प्लस 2 है क्योंकि दो साल दे प्रोग्राम है उथे प्लस 2 नॉन मेडिकल या मेडिकल ही होनी चाहिए और फार्मेसी ਦਾ ਡਿਪਲੋਮਾ ਕਰ ਸਕਦੇ ਇੱਕ ਐਸਾ ਡਿਪਲੋਮਾ ਇਸ ਟਾਈਮ ਪੰਜਾਬ ਦੇ ਮੈਡੀਕਲ ਕਿਸੇ ਵੀ ਪ੍ਰਾਈਵੇਟ ਜਾਂ ਗਵਰਨਮੈਂਟ ਜਾਂ ਐਡਿਟ ਪੋਲੀਟੈਕਨਿਕ ਦੀ ਸੀਟ ਨਹੀਂ ਬਚਦੀ ਕਿਉਂਕਿ ਇਮੀਡੀਟਲੀ ਇਹਦੀ ਪਲੇਸਮੈਂਟ ਹੈ ਹਾਂ ਹਾਂ ਸਾਡੇ ਜਲੰਧਰ ਚ ਇਹਨੇ ਹਸਪਤਾਲ ਹੈ ਕਹਿੰਦੇ ਏਸ਼ੀਆ ਸਭ ਤੋਂ ਜ਼ਿਆਦਾ ਹਸਪਤਾਲ ਹੈ ਉੱਚ ਕੰਪਲਸਰੀ ਹੋਗਾ ਕਿ ਹਰ ਹਸਪਤਾਲ 'ਚ ਇੱਕ ਫਾਰਮਸਿਸਟ ਹੋਏਗਾ ਇਸੇ ਤਰ੍ਹਾਂ ਉਹ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਉਹ ਆਪਣੇ ਮੈਡੀਸਨ ਸ਼ਾਪ ਵੀ ਖੋਲ ਸਕਦੇ ਨੇ ਹਾਂਜੀ ਸੋ ਹਰ ਇੱਕ ਫੀਲਡ ਦੇ ਵਿੱਚ ਪਲੇਸਮੈਂਟ ਹੈ ਔਰ ਲੇਕਿਨ ਬੱਚਾ ਦਸਵੀਂ ਜਾਂ 12ਵੀਂ ਕਰਕੇ ਇੱਥੇ ਆ ਸਕਦਾ ਜਿਹੜਾ ਪੋਲੀਟੈਕਨਿਕ ਕੋਰਸਸ ਕੁਝ ਤੁਸੀਂ ਕਿ 8ਵੀਂ ਤੋਂ ਬਾਅਦ ਵੀ ਆ ਸਕਦਾ ਹੈ 8ਵੀਂ ਤੋਂ ਬਾਅਦ ਆਈਟੀਏ ਦੇ ਵਿੱਚ ਆ ਸਕਦਾ ਹੈ ਆਈਟੀਆ ਚ ਆ ਸਕਦਾ ਸੋ ਸਕੋਪ ਹੈ ਇਹਨੇ ਕਿ ਬੰਦਾ ਇਨਾ ਟਾਈਮ ਲਗਾ ਕੇ ਵੇਲਾ ਘੁੰਮੇਗਾ ਐਦਾਂ ਦੀ ਕੋਈ ਗੱਲ ਨਹੀਂ ਜੇ ਕਿਤੇ ਨੌਕਰੀ ਨਹੀਂ ਮਿਲਦੀ ਤਾਂ ਉਹ ਓਨਟਰਪ੍ਰੈ ਸੋ ਐਡਮਿਸ਼ਨ ਕਦੋਂ ਲੈਣੀ ਹੈ ਸਹੀ ਸਮਾਂ ਕਿਹੜਾ ਹੈ ਤੇ ਐਡਮਿਸ਼ਨ ਲੈਣੇ ਕਿਵੇਂ ਅਪਲਾਈ ਕਰਨ ਦਾ ਕੀ ਮੋਡ ਆ ਕੀ ਮੈਥਡ ਆ ਇਹਨਾਂ ਸਾਰੇ ਜਿਹੜੇ ਟੈਕਨੀਕਲ ਪ੍ਰੋਗਰਾਮਸ ਹੈ ਜਿਹੜੇ ਆਈਟੀਆਈ ਤੇ ਪੋਲੀਟੈਕਨਿਕ ਕੋਰਸਸ ਹੈ ਮਈ ਦੇ ਐਂਡ ਵਿੱਚ ਇਹਨਾਂ ਦੀ ਨੋਟੀਫਿਕੇਸ਼ਨ ਆਉਂਦੀ ਹੈ ਹੂੰ ਹੂੰ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰੇ ਅਖਬਾਰਾਂ ਵਿੱਚ ਸਭ ਕੁਝ ਹੁੰਦਾ ਹੈ ਇਹ ਜਿਹੜੀ ਨੋਟੀਫਿਕੇਸ਼ਨ ਕੀਤੀ ਜਾਂਦੀ ਹੈ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਇੰਡਸਟਰੀਅਲ ਟ੍ਰੇਨਿੰਗ ਚੰਡੀਗੜ੍ਹ ਵੱਲੋਂ ਔਰ ਮਈ ਦਾ ਲਾਸਟ ਔਰ ਫਰਸਟ ਵੀਕ ਜੂਨ ਦਾ ਜਦੋਂ ਬੱਚੇ ਇਹ ਕਰਦੇ ਉਦੋਂ ਰਜਿਸਟਰ ਕਰਾ ਸਕਦੇ ਆਪਣੇ ਆਪ ਨੂੰ ਆਨਲਾਈਨ ਸਾਰੀ ਸਾਰੇ ਪ੍ਰੋਸੈਸ ਜਿਹੜੀ ਐਡਮਿਸ਼ਨ ਦੀ ਆਨਲਾਈਨ ਜਿਹੜਾ ਰਜਿਸਟਰ ਕਰਾਉਂਦੇ ਬੱਚੇ ਉਸ ਤੋਂ ਬਾਅਦ ਇੱਕ ਡੇਡ ਦਿੱਤੀ ਜਾਂਦੀ ਹੈ ਵੀ ਕਦੋਂ ਉਹਨਾਂ ਨੇ ਆਪਣੇ ਸਰਟੀਫିକੇਟਸ ਅਪਲੋਡ ਕਰਨੇ ਆ ਸਰਟੀਫିକੇਟ ਮਤਲਬ ਉਹਦੇ ਕੁਆਲਿਫਿਕੇਸ਼ਨ ਐਗਜ਼ਾਮ ਜੇ 8ਵੀਂ ਦਾ ਕੋਰਸ ਆ ਤਾਂ 8ਵੀਂ ਵਾਲੇ ਜੇ 10ਵੀਂ ਵਾਲਾ ਕੋਰਸ ਆ ਤਾਂ 10ਵੀਂ ਵਾਲਾ ਜੇ +2 ਵਾਲਾ ਕੋਰਸ ਆ ਤਾਂ +2 ਵਾਲਾ ਉਹ ਜਦੋਂ ਅਪਲੋਡ ਕਰਦੇ ਨੇ ਸਰਟੀਫିକੇਟ ਉਹਨਾਂ ਦੀ ਫਿਰ ਵੈਰੀਫਿਕੇਸ਼ਨ ਹੁੰਦੀ ਹੈ ਓਕੇ ਆਨਲਾਈਨ ਵੈਰੀਫਾਈ ਕੀਤਾ ਜਾਂਦਾ ਹੈ ਔਰ ਵੈਰੀਫਾਈ ਹੋਣ ਤੋਂ ਬਾਅਦ ਫਿਰ ਉਹਨਾਂ ਬੱਚਿਆਂ ਨੂੰ ਕਿਹਾ ਜਾਂਦਾ ਕਿ ਆਪਣੀ ਚੁਆਇਸ ਫੀਲਿੰਗ ਕਰੋ ਚੁਆਇਸ ਫੀਲਿੰਗ ਜੇ ਤੁਸੀਂ ਜਲੰਧਰ ਲੈਣੀ ਹੈ ਤੁਸੀਂ ਲੁਧਿਆਣਾ ਲੈਣੀ ਹੈ ਤੁਸੀਂ ਕਿਸੇ ਪਟਿਆਲੇ ਲੈਣੀ ਹੈ ਕਿਸ ਜਗ੍ਹਾ ਤੇ ਚੁਆਇਸ ਫੀਲ ਹੋਣ ਤੋਂ ਬਾਅਦ ਫਿਰ ਰਿਜ਼ਲਟ ਜਦੋਂ ਹੁੰਦਾ ਹੈ ਮੈਰਿਟ ਦੇ ਨਾਲ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਏਸ ਇੰਸਟੀਚਿਊਟਸ ਤੁਸੀਂ ਉੱਥੇ ਰਿਪੋਰਟ ਕਰਨਾ ਹੈ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ 2-3 ਦਿਨ ਰਿਪੋਰਟ ਕਰਨ ਚ ਅਗਰ ਉਹ ਰਿਪੋਰਟ ਨਹੀਂ ਕਰਦੇ ਉਹ ਵੈਕੈਂਸੀ ਡਿਕਲੇਅਰ ਕਰਕੇ ਨੈਕਸਟ ਕਾਉਂਸਲਿੰਗ ਚੱਲ ਜਾਂਦੀ ਹੈ ਅਗਰ ਉਹ ਰਿਪੋਰਟ ਕਰ ਜਾਂਦੇ ਆਪਣੀ ਫੀਸ ਜਮ੍ਹਾਂ ਕਰਾ ਦਿੰਦੇ ਤਾਂ ਉਹ ਸੀਟ ਅਲੋਟ ਹੋ ਜਾਂਦੀ ਹੈ ਇਸੇ ਤਰ੍ਹਾਂ ਸੈਂਟਰਲ ਕਾਉਂਸਲਿੰਗ ਹੈ ਬੜੀ ਪਾਰਦਰਸ਼ ਬੜੀ ਟਰਾਂਸਪਰੈਂਸੀ ਹੈ ਔਰ ਬਹੁਤ ਸਾਰਾ ਹਰ ਇੱਕ ਬੱਚਾ ਜਿੱਥੇ ਚਾਹੁੰਦਾ ਮਿਲ ਸਕਦਾ ਅਗਰ ਉਹਦੇ ਮ ਉਗਰ ਮਾਰਕਸ ਦੇ ਹਿਸਾਬ ਨਾਲ ਉਹਨੂੰ ਨਹੀਂ ਮਿਲਦੀ ਤਾਂ ਉਹਨੂੰ ਕਿਤੇ ਹੋਰ ਮਿਲ ਜਾਂਦੀ ਹੈ ਮਤਲਬ ਹਰ ਇੱਕ ਵਾਸਤੇ ਸਕੋਪ ਹੈ ਐਡਮਿਸ਼ਨ ਜਰੂਰ ਮਿਲेंगे ਸੋ ਤੁਸੀਂ ਫੀਸ ਦੀ ਗੱਲ ਕੀਤੀ ਹੈ ਇਹ ਜਾਨਣਾ ਚਾਹਾਂਗੇ ਕਿ ਕੁਝ ਲੋਕ ਕਹਿੰਦੇ ਨੇ ਕਿ ਫੀਸ ਜ਼ਿਆਦਾ ਹੈ ਕੁਝ ਲੈਂਦੇ ਨੇ ਕਿ ਫੀਸ ਉਨੀ ਹੈ ਕਿ ਤੁਸੀਂ ਅਫੋਰਡ ਕਰ ਸਕਦੇ ਹੋ ਐਕਚੁਅਲ ਫੀਸ ਕਿੰਨੀ ਹੈ ਹਰ ਇੱਕ ਕੋਰਸ ਦੀ ਕੁਝ ਉਹਦਾ ਆਈਡੀਆ ਦਿਓ ਤੇ ਨਾਲ ਇੱਕ ਟਰਮ ਚੱਲਦੀ ਹੈ ਸਕਾਲਰਸ਼ਿਪ ਨਾ ਕਿਸ ਨੂੰ ਵਜ਼ੀਫਾ ਮਿਲ ਸਕਦਾ ਹੈ ਉਹ ਵੀ ਜ਼ਰਾ ਦੱਸ ਦਿਓ ਕਿਉਂਕਿ ਕਈ ਸਟੂਡੈਂਟਸ ਨੂੰ ਵਜ਼ੀਫੇ ਦੀ ਵੀ ਲੋੜ ਹੈ ਇਹ ਜਿਹੜੇ ਟੈਕਨੀਕਲ ਪ੍ਰੋਗਰਾਮਸ ਆ ਆਈਟੀਆ ਪੋਲੀਟੈਕ ਨੇ ਇਸੇ ਕਰਕੇ ਬਹੁਤ ਜ਼ਿਆਦਾ ਪ੍ਰਚਲਿਤ ਆ ਸਟੂਡੈਂਟਸ ਅਟਰੈਕਟ ਕਰਦੇ ਸਟੂਡੈਂਟਸ ਨੂੰ ਕਿਤੇ ਫੀਸਾਂ ਬਹੁਤ ਘੱਟ ਨੇ ਹੂੰ ਹੂੰ ਬਜਾਏ ਕੰਪੇਅਰ ਟੂ ਇੰਜੀਨੀਅਰਿੰਗ ਇੰਸਟੀਟਿਊਟਸ ਜਾਂ ਯੂਨੀਵਰਸਿਟੀ ਦੇ ਫੀਸਾਂ ਬਤਾਵਾ ਕਿਤੇ ਬਹੁਤ ਘੱਟ ਨੇ ਜੀ ਆਈਟੀਆ ਵਿੱਚ ਸਾਲਾਨਾ ਜਿਹੜੀ ਫੀਸ ਹੈ ਕੋਰਸ ਦੀ ਉਹ 3450 ਜਿਸ ਨੂੰ ਪੂਰੇ ਸਾਲ ਦੀ ਹਾਂਜੀ ਜਿੱਥੋਂ ਬੱਚੇ ਚਾਰ ਕੁਆਟਰਲੀ ਇਨਸਟਾਲਮੈਂਟ ਚ ਦੇਣੀਆਂ ਹੁੰਦੀਆਂ 300 ਰੁਪਏ ਮਹੀਨਾ ਬੈਠੀ ਬਹੁਤ ਘੱਟ ਬਹੁਤ ਘੱਟ ਉਸ ਤੋਂ ਬਾਅਦ ਜਿਹੜੇ ਪੋਲੀਟੈਕਨਿਕ ਕੋਰਸ ਉੱਤੇ 31000 ਹੈ ਇਹ ਮੈਂ ਜਨਰਲ ਦੱਸ ਰਿਹਾ ਜਨਰਲ ਵਾਸਤੇ 31000 ਸਾਲ ਦੀ ਫੀਸ ਹੈ ਜਿਹਨੂੰ ਸੈਮੈਸਟਰ ਵਾਈਜ਼ ਇਹ ਵੀ ਇਨਸਟਾਲਮੈਂਟ ਦਿੱਤੀ ਜਾ ਸਕਦੀ ਹੈ ਲੇਕਿਨ ਇਹਦੇ ਬਾਰੇ ਸਕਾਲਰਸ਼ਿਪ ਦੀ ਤੁਸੀਂ ਗੱਲ ਕੀਤੀ ਸੰਜੀਪ ਜੀ ਸਕਾਲਰਸ਼ਿਪ ਬਹੁਤ ਹੈ ਜਿਹੜੇ ਤਾਂ ਅਨੁਸੂਚਿਤ ਜਾਤੀ ਦੇ ਬੱਚੇ ਨੇ ਐਸਸੀ ਐਸਟੀ ਉਹਨਾਂ ਵਾਸਤੇ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉੱਤੇ ਫੀਸ ਸਾਰੀ ਟਿਊਸ਼ਨ ਫੀਸ ਮਾਫ ਹੋ ਜਾਂਦੀ ਹੈ ਮਾਫ ਹੋ ਜਾਂਦੀ ਹੈ ਜਿਹੜੇ ਜਨਰਲ ਬੱਚੇ ਆ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਹਨ ਜਾਂ ਹੋਰ ਇਹਦੇ ਵਾਸਤੇ ਗਵਰਨਮੈਂਟ ਵਿੱਚ ਜਿਹੜੇ ਜਾਂ ਪੋਲੀਟੈਕਨਿਕਸ ਹੈ ਉੱਥੇ ਚੀਫ ਮਿਨਿਸਟਰ ਇਹ ਸਕਾਲਰਸ਼ਿਪ ਯੋਜਨਾ ਹੈ ਜਿੱਥੇ ਉਹਦੇ ਪਰਸੈਂਟੇਜ ਦੇ ਹਿਸਾਬ ਨਾਲ ਫੀਸ ਮਾਫੀ ਹੁੰਦੀ ਹੈ ਜਿਹੜੇ ਐਡਿਟ ਇੰਸਟੀਟਿਊਟ ਆ ਜਿਸ ਤਰ੍ਹਾਂ ਸਾਡਾ ਕਾਲਜ ਆ ਜਾਂ ਡਿਫਰੈਂਟ ਕਾਲਜ ਆ ਉੱਥੇ ਕਈ ਤਰ੍ਹਾਂ ਦੀ ਸਕਾਲਰਸ਼ਿਪ ਅਵੇਲੇਬਲ ਹੈ ਅਸੀਂ ਪਿਛਲੇ ਸਾਲ 5 ਲੱਖ ਰੁਪਏ ਦੀ ਸਕਾਲਰਸ਼ਿਪ ਬੱਚਿਆਂ ਨੂੰ ਦਿੱਤੀ ਹੈ ਜਿਹਦੇ ਵਿੱਚ ਸਿੰਗਲ ਪੇਰੈਂਟ ਚਾਈਲਡ ਯੈਸ ਸਰ ਹੁਸ਼ਿਆਰ ਬੱਚੇ ਜਾਂ ਆਰਥਿਕ ਪੱਖੋਂ ਕਮਜ਼ੋਰ ਬੱਚੇ ਔਰ ਮੈਂ ਸਮਝਦਾ ਕਿ ਇਹ ਦੋਨੇ ਹੀ ਪ੍ਰੋਗਰਾਮ ਦੇ ਵਿੱਚ ਕਦੇ ਪੈਸੇ ਵਿਖੋ ਬੱਚੇ ਦੀ ਪੜ੍ਹਾਈ ਤੇ ਅਸਰ ਨਹੀਂ ਪੈਂਦਾ ਪੈਸੇ ਕੋ ਕਦਰ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇੱਥੇ ਬਹੁਤ ਹੀ ਸਹੂਲਤਾਂ ਨੇ ਬਹੁਤ ਤਰ੍ਹਾਂ ਦੇ ਸਕਾਲਰਸ਼ਿਪ ਆਲਮਨਾਇ ਜਿਹੜੇ ਸਾਡੇ ਨਾਲ ਜੁੜੇ ਹੋਏ ਉਹ ਬੱਚੇ ਨੂੰ ਸਪான்ਸਰ ਕਰਦੇ ਆ ਕੇ ਵੀ ਬੱਚੇ ਪੜ੍ਹਨ ਕੋਰਸ ਕਰਨ ਫੀਸ ਦੀ ਚਿੰਤਾ ਨਾ ਕਰੋ ਮਤਲਬ ਜਨਰਲ ਕੈਟਾਗਰੀ ਜਿਹੜੇ ਗਰੀਬ ਨੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਵੀ ਤੁਸੀਂ ਸਪੋਰਟ ਕਰਦੇ ਸਪੋਰਟ ਕਰਦੇ ਸੋ ਬਹੁਤ ਵਧੀਆ ਗੱਲ ਹੈ ਸੋ ਹੁਣ ਆਉਂਦੇ ਆਪਾਂ ਚੁਆਇਸ ਕਿਵੇਂ ਕਰਨੀ ਹੈ ਕਿਉਂਕਿ ਕਈਆਂ ਨੂੰ ਨਹੀਂ ਪਤਾ ਹੁੰਦਾ ਕਾਉਂਸਲਿੰਗ ਦੀ ਲੋੜ ਹੁੰਦੀ ਆ ਉਹਨਾਂ ਨੂੰ ਦੱਸਣਾ ਪੈਂਦਾ ਇਸ ਤਰ੍ਹਾਂ ਦੀ ਕਾਉਂਸਲਿੰਗ ਤੁਹਾਡੇ ਇੰਸਟੀਚਿਊਟ ਵਿੱਚ ਜਾਂ ਬਾਕੀ ਇੰ ਕਿ ਕਿਹੜਾ ਤੁਸੀਂ ਸਬਜੈਕਟ ਚੁਣਨਾ ਹੈ ਨਾਲ ਮਾਪੇ ਬਾਬ ਨੂੰ ਵੀ ਬਿਠਾਉਣ ਕਿਉਂਕਿ ਉਹਨਾਂ ਨੂੰ ਵੀ ਕਈ ਵਾਰ ਨਹੀਂ ਪਤਾ ਲੱਗਦਾ ਕਨਫਿਊਜ਼ਨਸ ਹੁੰਦੇ ਨੇ ਕੀ ਹੁੰਦਾ ਸੰਜੀਪ ਜੀ ਜਦੋਂ ਕੁਐਸਚਨ ਆਉਂਦੀ ਹੈ ਚੁਆਇਸ ਫਿਲ ਲਿਖਦੀ ਬਸ ਕਿਹੜਾ ਕੋਰਸ ਚੁਣਨਾ ਹੂੰ ਹੂੰ ਤੋਂ ਆਮ ਤੌਰ ਤੇ ਵਿਦਿਆਰਥੀ ਜੋ ਨੇ ਪੇਰੈਂਟਸ ਦੇ ਵਿੱਚ ਤਿੰਨ ਪੁਆਇੰਟਸ ਉਹ ਦੇਖਦੇ ਨੇ ਪਹਿਲਾ ਪੁਆਇੰਟ ਹੈ ਪਲੇਸਮੈਂਟ ਜੀ 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 ਕਿਸ ਕੋਰਸ ਦੀ ਪਲੇਸਮੈਂਟ ਹੈ ਉਹਦੇ ਚ ਨੌਕਰੀ ਹੈ ਸਾਡੇ ਆਲੇ ਦੁਆਲੇ ਹੈ ਜਾਂ ਅਸੀਂ ਜਗ੍ਹਾ ਤੇ ਉੱਥੇ ਪਲੇਸ ਹੋ ਸਕਦੇ ਹ ਹੋ ਸਕਦੇ ਦੂਸਰਾ ਪੁਆਇੰਟ ਆਨ ਦਾ ਪੈਕੇਜ ਹੂੰ ਸਾਨੂੰ ਕਿੰਨੇ ਲੱਖ ਦਾ ਪੈਕੇਜ ਮਿਲਣਾ ਹੈ ਇਸ ਕੋਰਸ ਵਿੱਚ ਪੈਕੇਜ ਜਿਆਦਾ ਮਿਲਦਾ ਕਿਸੇ ਕੋਰਸ ਪੈਕੇਜ ਘੱਟ ਮਿਲਦਾ ਕਿੰਨੀ ਤਨਖਾਹ ਮਿਲੇਗੀ ਤੇ ਤੀਸਰਾ ਹੁੰਦਾ ਪੀਸ ਜਾਂ ਸ਼ਾਂਤੀ ਜਾਂ ਜਿਹੜਾ ਚੁਕਾ ਇੰਟਰਸਟ ਹੈ ਇਹ ਤੀਜੇ ਨੰਬਰ ਤੇ ਰੱਖਦੇ ਆ ਜਦਕਿ ਮੈਂ ਇਸ ਨੂੰ ਪਹਿਲੇ ਨੰਬਰ ਤੇ ਰੱਖਦਾ ਤੁਹਾਡਾ ਇੰਟਰਸਟ ਅਗਰ ਜਸ ਫੀਲਡ ਚ ਹੈ ਕਈ ਵਾਰ ਇਹ ਸੋ ਛੱਡ ਦੇਣੇ ਕਿਉਂਕਿ ਪੈਕੇਜ ਘੱਟ ਇਹ ਪੈਕੇਜ ਤੁਹਾਡੇ ਕੋਲ ਬਾਅਦ ਚ ਆਏਗਾ ਆਪਣੇ ਆਪ ਪੈਕੇਜ ਸੈਕੰਡਰੀ ਥਿੰਗ ਹੈ ਅਗਰ ਤੁਸੀਂ ਤਜਰਬਾ ਹਾਸਲ ਕਰ ਲਿਆ ਟੈਕਨੀਕ ਸਿੱਖ ਲਈ ਤੁਸੀਂ ਉਧਰ ਫੀਲਡ ਪੈਕੇजेस ਬਾਉਂਡ ਟੂ ਕਮ ਇਹ ਆਣਾ ਜਾਣਾ ਹੈ ਸੋ ਪੈਕੇਜ ਵਾਲੀ ਅਸੀਂ ਕੀ ਦੇਖਦੇ ਆ ਅੱਜ ਕੱਲ ਜਿਸ ਤਰ੍ਹਾਂ ਕੰਪਿਊਟਰ ਸਾਇੰਸ ਇੱਕ ਪੇੜ ਚਾਲ ਵਿੱਚ ਕੰਪਿਊਟਰ ਸਾਇੰਸ ਲੈਣੀ ਔਰ ਜਿਹੜੀ ਯੂਨੀਵਰਸਿਟੀ ਆ ਉਹਨਾਂ ਨੇ 30 30 ਹਜ਼ਾਰ ਸੀਟਾਂ ਕੰਪਿਊਟਰ ਸਾਇੰਸ ਤੇ ਕਰਤੀਆਂ ਬਾਕੀ ਪਾਸੇ ਕੱਟ ਗਏ ਸਾਰੇ ਬੱਚੇ ਕੰਪਿਊਟਰ ਸਾਇੰਸ ਅਗਰ ਕੰਪਿਊਟਰ ਚ ਦਾ ਇੰਟਰਸਟ ਨਹੀਂ ਵੀ ਹੈ ਕੰਪਿਊਟਰ ਸਾਇੰਸ ਉਹਦੇ ਅੱਗੇ ਫੀਲਡ ਕਰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਕਲਾਊਡ ਕੰਪਿਊਟਿੰਗ ਦਾ ਮੈਥਮੈਟਿਕਸ ਕੰਪਿਊਟਿੰਗ ਦਾ ਉਹਦੇ ਪਾਸ ਮੈਂ ਸੋਚਦਾ ਕਿ ਪੇਰੈਂਟਸ ਨੂੰ ਦਸਵੀਂ ਤੱਕ ਜਿਹੜਾ ਬੱਚਾ ਪਾਸ ਕਰ ਰਿਹਾ ਹੁੰਦਾ ਬਿ ਉਹਦੀ ਕਾਉਂਸਲਿੰਗ ਕਰਨੀ ਚਾਹੀਦੀ ਚਾਹੇ ਇੰਸਟੀਚਿਊਟ ਜਿਸ ਤਰ੍ਹਾਂ ਸਾਡੇ ਕੋਲ ਕੈਰੀਅਰ ਕਾਉਂਸਲਿੰਗ ਸੈਲਸ ਹੈਗੇ ਉੱਥੇ ਜਾ ਕੇ ਬੱਚੇ ਦਾ ਪ੍ਰੋਪਰ ਤੇਰਾ ਇੰਟਰਸਟ ਕਿੱਥੇ ਹੈ ਅਗਰ ਬੱਚੇ ਦੀ ਡਰਾਇੰਗ ਅੱਛੀ ਹੈ ਬਹੁਤ ਅੱਛਾ ਕਮਾਲ ਕਰਦਾ ਹੈ ਤਾਂ ਅਸੀਂ ਉਹਨੂੰ ਕਿਉਂ ਕੰਪਿਊਟਰ ਸਾਇੰਸ ਚ ਭੇਜਣਾ ਸਾਡੇ ਕੋਲ ਆਰਕੀਟੈਕਚਰ ਹੈ ਸਾਡੇ ਕੋਲ ਸਿਵਲ ਹੈ ਕਈ ਬੱਚਿਆਂ ਦਾ ਇੰਟਰਸਟ ਹੀ ਗੱਡੀਆਂ ਦੇ ਡਿਜ਼ਾਈਨ ਚ ਹੁੰਦਾ ਬੱਚੇ ਡਿਜ਼ਾਈਨਿੰਗ ਬੜੀ ਅੱਛੀ ਕਰਦੇ ਆ ਉਹਦੇ ਮਸ਼ੀਨ ਪਾਰਟਸ ਡਿਜ਼ਾਈਨ ਕਰਦੇ ਆ ਉਹਨੂੰ ਮਕੈਨਿਕਲ ਭੇਜੋ ਯਾਰ ਆਟੋਮਾਈਡ ਭੇਜੋ ਵਾਈ ਟੂ ਸੈਂਡ them ਇਨ ਕੰਪਿਊਟਰ ਸਾਇੰਸ ਇਹ ਚੀਜ਼ਾਂ ਬਹੁਤ ਸੋਚਣਾ ਕਿ ਬੱਚੇ ਦਾ ਇੰਟਰਸਟ ਕਿੱਥੇ ਹੈ ਇੰਟਰਸਟ ਦੇਖਣਾ ਹੈ ਅਗਰ ਆਪਾਂ ਇੰਟਰ ਦੇ ਹਿਸਾਬ ਨਾਲ ਚੱਲਾਂਗੇ ਬੱਚਾ ਉਹ ਜ਼ਿਆਦਾ ਕਾਮਯਾਬ ਹੋਵੇਗਾ ਨਹੀਂ ਤਾਂ ਉਹ ਡ੍ਰੌਪ ਆਊਟ ਹੋਏਗਾ ਨਹੀਂ ਤਾਂ ਛੱਡ ਕੇ ਜਾਏਗਾ ਇਹ ਚੀਜ਼ਾਂ ਮਕੈਰ ਬਿਲਕੁਲ ਕਿਸੇ ਸਿਆਣੇ ਨੇ ਕਿਹਾ ਕਿ ਕਾਬਿਲ ਬਣੋ ਕਾਮਯਾਬੀ ਆਪਣੇ ਆਪ ਮਿਲ ਜਾਂਦੀ ਹੈ ਆਪਣੇ ਆਪ ਮਿਲ ਜਾਂਦੀ ਹੈ ਪਹਿਲਾਂ ਕਾਬਿਲ ਬਣਨਾ ਇਹ ਸ਼ਰਤ ਪਹਿਲੀ ਹੈ ਸੋ ਦਸਵੀਂ ਤੋਂ ਬਾਅਦ ਵੀ ਕਿਉਂਕਿ ਆਪਾਂ ਪੋਲੀਟੈਕਨਿਕ ਦੀ ਗੱਲ ਕਰਾਂਗੇ ਇਹਦੇ ਵਿੱਚ ਕਾਫੀ ਵੈਰਾਈਟੀ ਹੈ ਔਰ ਕਾਫੀ ਹੈਵੀ ਹੈ ਆਈਟੀਆਈ ਨਾਲੋਂ ਸੋ ਪੋਲੀਟੈਕਨਿਕ ਵਿੱਚ ਆਣ ਵਾਸਤੇ ਕਈ ਲੋਕ ਦਸਵੀਂ ਪਾਸ ਨੇ ਕਈ ਲੋਕ 10+2 ਕੀਤਾ ਹੋਇਆ 10+2 ਜ਼ਰੂਰੀ ਹੈ ਕਿ ਦਸਵੀਂ ਪਾਸ ਕਰਕੇ ਆ ਸਕਦੇ ਨੇ ਕਿ ਬੈਸਟ ਆਪਸ਼ਨ ਕਿਹੜੀ ਦੋਵਾਂ ਵਿੱਚ ਮੈਂ ਦੱਸਦਾ ਸੰਜੀਪ ਜੀ ਕੁਝ ਤਾਂ ਕੋਰਸਸ ਇਸ ਤਰ੍ਹਾਂ ਦੇ ਡਿਪਲੋਮਾ ਜਿਹੜੇ ਪਲੱਸ 2 ਕਰਕੇ ਆ ਸਕਦੇ ਜਿਸ ਤਰ੍ਹਾਂ ਫਾਰਮੇਸੀ ਦੀ ਮੈਂ ਗੱਲ ਕੀਤੀ ਫਾਰਮੇਸੀ ਤੁਸੀਂ ਦਸਵੀਂ ਬਾਅਦ ਆ ਹੀ ਨਹੀਂ ਸਕਦੇ ਪਲੱਸ 2 ਹੋਣਾ ਚਾਹੀਦਾ ਉਹ ਵੀ ਨਾਨ ਮੈਡੀਕਲ ਜਾਂ ਮੈਡੀਕਲ ਉਹਦੇ ਹਿਸਾਬ ਨਾਲ ਬਾਕੀ ਜਿਹੜੇ ਕੋਰਸਸ ਆ ਉੱਥੇ ਬੱਚਾ 10ਵੀਂ ਬਾਅਦ ਵੀ ਆ ਸਕਦਾ 12ਵੀਂ ਪਾਸ ਹੋਇਆ। 10ਵੀਂ ਤੋਂ ਬਾਅਦ ਇਹ 3 ਸਾਲ ਦਾ ਡਿਪਲੋਮਾ ਹੈ। ਜਦੋਂ ਬੱਚਾ 12ਵੀਂ ਕਰਕੇ ਆਂਦਾ ਤਾਂ ਉਹਨੂੰ ਇੱਕ ਸਾਲ ਦੀ ਛੋਟ ਦਿੰਨੇ ਆਸੀਂ। ਫਸਟイヤー ਉਹਨੂੰ ਨਹੀਂ ਕਰਨੀ ਪੈਂਦੀ ਉਹ ਸੈਕੰਡ ਇਨ ਦਾਖਲ ਹੁੰਦਾ ਉਹ 2 ਸਾਲ ਚ ਕਰਦਾ। ਹੁਣ ਇਹ ਆ ਕਿ +2 ਤੋਂ ਬਾਅਦ ਆਉਂਦਾ ਕਿਹੜਾ ਬੱਚਾ? +2 ਤੋਂ ਬਾਅਦ ਉਹ ਬੱਚਾ ਆਂਦਾ ਜਿਸ ਤਰ੍ਹਾਂ ਜਿਹਨੇ ਇੰਜੀਨੀਅਰਿੰਗ ਕਰਨੀ ਹੁੰਦੀ ਹੈ ਜਾਂ ਜਿਸਨੇ ਮੈਡੀਕਲ ਸੀਟ ਲੈਣੀ ਹੁੰਦੀ ਹੈ ਉਹ ਬੱਚੇ ਉਧਰ ਨਹੀਂ ਸਿੱਸੀਟ ਮਿਲ ਪਾਂਦੀ। ਹਮ ਗਵਰਨਮੈਂਟ ਇੱਕ ਆਪਸ਼ਨ ਦਿੰਦੀ ਹੈ ਕਿ ਇਹ ਬੱਚੇ ਨਿਰਾਸ਼ ਨਾ ਹੋਣ ਅਗਰ ਉਧਰ ਨਹੀਂ ਜਾ ਸਕਦੇ ਤੁਹਾਡੇ ਕੋਲ ਡਿਪਲੋਮਾ ਕਰਨ ਦੀ ਆਪਸ਼ਨ ਹੈ ਹੂੰ ਤੁਸੀਂ ਪੋਲੀਟੈਕ ਨ ਜਾ ਸਕਦੇ ਤੁਹਾਨੂੰ ਇੱਕ ਸਾਲ ਅਸੀਂ ਮਾਫ ਕਰਾਂਗੇ ਕਿਉਂਕਿ ਬੱਚੇ ਨੇ ਸਾਇੰਸ ਪੜ੍ਹੀ ਹੁੰਦੀ ਹੈ ਫਸਟイヤー ਦੀ ਲੋਡ ਨਹੀਂ ਜਿੱਥੇ ਫਿਜ਼ਿਕਸ ਕੈਮਿਸਟਰੀ ਮੈਥ ਜਨਰਲ ਸਬਜੈਕਟ ਆ ਗਏ ਉਹ ਸੈਕੰਡਰੀਅਰ ਚਾਉਂਦੇ ਉਹ ਬੱਚੇ ਦੀ ਉਹਦਾ ਬ੍ਰੇਨਸ ਵੀ ਅੱਛੇ ਹੁੰਦੇ ਨੇ ਉਹ ਬੱਚੇ ਐਕਸਪੀਰੀਅੰਸ ਹੁੰਦੇ ਉਹ ਬਹੁਤ ਅੱਗੇ ਉਹ ਲੀਡ ਕਰਦੇ ਬੱਚੇ 2 ਸਾਲ ਡਿਪਲੋਮਾ ਕਰਨ ਤੋਂ ਬਾਅਦ ਫਿਰ ਬੀਟੈਕ ਜਦੋਂ ਕਰਨ ਜਾਂਦੇ ਆ ਫਿਰ ਉਹਨਾਂ ਨੂੰ ਇੱਕ ਸਾਲ ਦੀ ਛੋਟ ਹੈ ਉੱਥੇ ਬੀਟੈਕ ਵੀ ਉਹ ਸਕੈਂਡਰ ਇਅਰ ਜਾਂਦੇ ਇਹਨੂੰ ਕਹਿੰਦੇ ਲੈਟਰਲ ਐਂਟਰੀ ਐਡਮਿਸ਼ਨਸ ਲੈਟਰਲ ਐਂਟਰੀ ਸਾਈਡ ਤੇ ਉੱਥੇ ਵੀ ਉਹਨੂੰ ਮਿਲਦੀ ਹੈ ਸੋ ਸਾਡੇ ਕੋਲ ਇਹ ਹੈ ਕਿ ਜੇ ਪਲੱਸ 2 ਕਰਕੇ ਆਉਂਦੇ ਤਾਂ ਵੀ ਸਾਡੇ ਕੋਲ ਪ੍ਰੋਵੀਜ਼ਨ ਹੈ ਲੇਕਿਨ ਜੇ ਤੁਸੀਂ ਮਾਈਂਡ ਹੀ ਬਣਾਇਆ ਕਿ ਮੈਂ ਪੋਲੀਟੈਕ ਨੀ ਜਾਣਾ ਤਾਂ ਮੈਂ ਪ੍ਰੇਫਰ ਕਰਾਂਗਾ ਕਿ 10ਵੀਂ ਤੋਂ ਬਾਅਦ ਕਰੋ ਕਿਉਂਕਿ 10ਵੀਂ ਤੋਂ ਬਾਅਦ 3 ਸਾਲ 12ਵੀਂ ਤੋਂ ਬਾਅਦ 2 ਸਾਲ ਤੁਹਾਡੇ 1 ਸਾਲ ਜ਼ਿਆਦਾ ਲੱਗਦਾ ਜੇ ਤੁਸੀਂ ਪਲੱਸ 2 ਕਰਕੇ ਜਾਂਦੇ ਉਹ 1 ਸਾਲ ਬਚਾ ਲੈਣਾ ਅਤੇ ਜਿਹਨੇ ਸਮਾਂ ਬਚਾ ਲਿਆ ਉਹਨੇ ਬਹੁਤ ਕੁਝ ਬਚਾ ਲਿਆ ਸੋ ਬਹੁਤ ਵਧੀਆ ਗੱਲ ਤੁਸੀਂ ਦੱਸੀ ਆ ਸੋ ਸਮਾਜ ਦੇ ਹਾਲਾਤ ਅਜਿਹੇ ਨੇ ਕਿ ਕੰਮ ਨਹੀਂ ਲੱਭਦਾ ਕਹਿੰਦੇ ਨੇ ਕਿ ਕੰਮ ਲੱਭਣਾ ਵੀ ਇੱਕ ਕੰਮ ਹੈ ਇਹ ਸਾਡੇ ਹਾਲਾਤ ਬੜੇ ਹੋਏ ਨੇ ਤੁਸੀਂ ਸੀਟਾਂ ਦੀ ਗੱਲ ਕੀਤੀ ਹੈ ਤੁਸੀਂ ਕਿਹਾ ਕਿ ਨਿਰਾਸ਼ ਵੀ ਨਾ ਹੋਵੋ ਇਹ ਸੀਟਾਂ ਹੁੰਦੀਆਂ ਕਿੰਨੀਆਂ ਕ ਅਵੇਲੇਬਲ ਨੇ ਆਈਟੀਆਈ ਦੇ ਵਿੱਚ ਤੇ ਪੋਲੀਟੈਕਨਿਕ ਦੇ ਵਿੱਚ ਜੇ ਉਹ ਸੀਟ ਨਾ ਮਿਲੇ ਤਾਂ ਫਿਰ ਉਹ ਤੁਸੀਂ ਦੱਸਦੇ ਪਏ ਹੋਰ ਕੋਰਸੇਜ਼ ਵੀ ਨੇ ਗਵਰਨਮੈਂਟ ਨਿਰਾਸ਼ ਨਹੀਂ ਹੋਣ ਦਿੰਦੀ ਪਰ ਇਹ ਸੀਟਾਂ ਕਿੰਨੀਆਂ ਕ ਅਵੇਲੇਬਲ ਨੇ ਜਿਹੜੇ ਆਈਟੀਆਈ ਦੇ ਕੋਰਸੇਜ਼ ਆ ਉਹਦੇ ਵਿੱਚ ਸੀਟਾਂ 20 ਤੋਂ ਲੈ ਕੇ 25 ਤੱਕ ਵੇਰੀ ਕਰਦੀ ਆ ਹਰ ਇੱਕ ਟ੍ਰੇਡ ਦੇ ਵਿੱਚ ਜਿਹੜਾ ਕੋਰਸ ਕਰਦੇ ਆ 20 ਤੋਂ 25 ਫੇਰ ਉਹਦੀ ਗੱਲ ਆ ਵੀ ਜਿਹੜੇ ਤਰ੍ਹਾਂ ਡੀਜ਼ਲ ਮਕੈਨਿਕ ਦੀ ਬਹੁਤ ਡਿਮਾਂਡ ਹੈ ਰੈਫਰਿਜਰੇਸ਼ਨ AC ਇਲੈਕਟ੍ਰੀਸ਼ੀਅਨ ਮੋਟਰ ਮਕੈਨਿਕ ਤੇ ਸੀਟਾਂ ਜਲਦੀ ਪਰ ਜਾਂਦੀਆਂ ਮੈਰਿਟ ਦੇ ਹਿਸਾਬ ਨਾਲ ਉਸ ਤੋਂ ਬਾਅਦ ਦੂਸਰੇ ਕੋਰਸ ਆ ਜਾਂਦੇ ਕਾਰਪੈਂਟਰੀ ਜਿਹੜੇ ਹੈਗੇ ਆ ਮਿਸਨ ਦਾ ਪਲੰਬਰ ਦੇ ਕੋਰਸ ਹੈ ਇਹ ਵੀ ਸਾਰੇ ਆ ਸੋ ਇਹਦੇ ਚ ਵੀ ਸੀਟਸ ਕਿਉਂਕਿ ਸਾਡੇ ਕੋਲੇ 275 ITIs ਨੇ ਗਵਰਨਮੈਂਟ اور ਪ੍ਰਾਈਵੇਟ ਮਿਲਾ ਕੇ ਪੰਜਾਬ ਦੇ ਵਿੱਚ ਤੋ 275 ITS ਉੱਤੇ ਸਾਨੂੰ ਸੀਟ ਮਿਲ ਜਾਂਦੀ ਕੋਈ ਮੁਸ਼ਕਿਲ ਨਹੀਂ ਆਉਂਦੀ ਸਿਰਫ ਕਈ ਵਾਰ ਹੁੰਦਾ ਜਿਸ ਅਸੀਂ ਸੈਂਟਰ ਚ ਚਾਹਨੇ ਆਂ ਅਗਰ ਜਲੰਧਰ ਦੇ ਅਸੀਂ ਲੋਕਲ ਆ ਤੇ ਜਲੰਧਰ ਚਾਹਨੇ ਆ ਜਾਂ ਲੁਕ ਵਿਹਾਨੇ ਦੇ ਲੋਕਲ ਆ ਲੁਹਾਨਾ ਚਾਹਨੇ ਆ ਸਾਨੂੰ ਕਈ ਵਾਰ ਨਹੀਂ ਮਿਲ ਪਾਂਦੀ ਜੇ ਸਾਡੇ ਨੰਬਰ ਨਹੀਂ ਆ ਹੁਣ ਮੈਂ ਪੋਲੀਟੈਕਨਿਕ ਦੀ ਗੱਲ ਕਰਦਾ ਪੋਲੀਟੈਕਨਿਕ ਜੀ ਕਟੋ ਕਟ ਸੀਟਾਂ 3 ਨੇ ਤੇ 60 ਵੀ ਨੇ ਕਈ ਕੋਰਸੇ ਤੇ 60 ਇਨਟੇਕ ਹੈ ਕਈ ਜਗ੍ਹਾ 30 ਹੈ ਕਈ ਜਗ੍ਹਾ ਤੇ 60 ਤੋਂ ਜ਼ਿਆਦਾ ਵੀ ਕੋਰਸ ਅਗੇ ਸੋ ਮਿਨੀਮ 30 ਕਾ ਟੋਕਟ ਹਰ ਟ੍ਰੇਡ ਦੇ ਵਿੱਚ ਸੀਟ ਹੈਗੀਆਂ ਸੋ ਇਹਦੇ ਵਿੱਚ ਸਾਡੇ ਕੋਲੇ 160 ਦੇ ਕਰੀਬ ਪੋਲੀਟੈਕਨਿਕਸ ਨੇ ਪੰਜਾਬ ਦੇ ਵਿੱਚ ਸੋ ਇਹਦੇ ਵਿੱਚ ਕਦੇ ਇਹ ਨਹੀਂ ਮੁਸ਼ਕਲ ਨਹੀਂ ਆਈ ਫਿਰ ਉਹੀ ਮੁਸ਼ਕਲ ਹੁੰਦੀ ਹੈ ਕਿ ਜਦ ਅچھے ਇੰਸਟੀਟਿਊਟ ਚੂਜ਼ ਕਰਦੇ ਆ ਤਾਂ ਬੱਚਿਆਂ ਨੂੰ ਥੋੜਾ ਜਿਆ ਮੈਂ ਸ਼ੁਰੂ ਤੋਂ ਕਹਿਣਾ ਕਿ 10th ਦੇ ਮਾਰਕਸ ਮੈਟਰ ਕਰਦੇ ਆ 10th ਵਿੱਚ ਅਸੀਂ ਕਈ ਵਾਰ ਸੀਰੀਅਸ ਨਹੀਂ ਹੁੰਦੇ ਅਸੀਂ ਥੋੜਾ ਦਸਵੀਂ ਕਰ ਲਈ ਬਹੁਤ ਜਦੋਂ ਅਸੀਂ ਐਡਮਿਸ਼ਨ ਲੈਣ ਜਾਂਦੇ ਸਾਡੇ ਮਾਰਕਸ ਮੈਟਰ ਕਰਦੇ ਆ ਸਾਨੂੰ ਮੈਰਿਟ ਦੇ ਹਿਸਾਬ ਨਾਲ ਕਿਉਂਕਿ ਸਕਾਲਰਸ਼ਿਪ ਵੀ ਮਾਰਕਸ ਦੇ ਬੇਸ ਤੇ ਮਿਲਦਾ ਤੇ ਤੁਹਾਡੀ ਐਡਮਿਸ਼ਨ ਜਿਹੜੀ ਚੋਇਸ ਫਿਲਿੰਗ ਵੀ ਮਾਰਕਸ ਦੇ ਬੇਸ ਤੇ ਬਿਲਕੁਲ ਸੋ ਇਹਦਾ ਚੀਜ਼ ਹੋ ਗਈ ਤੁਸੀਂ ਦੱਸਿਆ ਕਿ ਜਿਸ ਸਟੇਸ਼ਨ ਤੇ ਤੁਸੀਂ ਲੈਣਾ ਚਾਹੁੰਦੇ ਹੋ ਉਸ ਸਟੇਸ਼ਨ ਤੇ ਕਈ ਵਾਰ ਨਹੀਂ ਮਿਲਦਾ ਮਾਰਕਸ ਦੇ ਮੁਤਾਬਿਕ ਤੇ ਹਰ ਕੋਰਸ ਦੇ ਵਿੱਚ 20 ਤੋਂ 25 ਸੀਟਸ ਅਵੇਲੇਬਲ ਨੇ ਇਹਦਾ ਮਤਲਬ ਕਾਫੀ ਹੈਗਾ ਸੋ ਇਹਦੀ ਜਾਣਕਾਰੀ ਜੇ ਆਨਲਾਈਨ ਲੈਣੀ ਹੋਵੇ ਕਿਸੇ ਨੇ ਕਿਉਂਕਿ ਅੱਜ ਕੱਲ ਇੰਟਰਨੈਟ ਦਾ ਯੁੱਗ ਹੈ ਕੋਈ ਸਾਈਟਸ ਹੈਗੀਆਂ ਨੇ ਕੋਈ ਵੈਬਸਾਈਟਸ ਜਿੱਥੇ ਜਾ ਕੇ ਵਿਜ਼ਿਟ ਕਰਕੇ ਉਹ ਜਾਣਕਾਰੀ ਲੈ ਲਵੇ ਬਿਲਕੁਲ ਇਹਦੀ ਕਿਉਂਕਿ ਅੱਜ ਕੱਲ ਸਾਰਾ ਆਨਲਾਈਨ ਪ੍ਰੋਸੈਸ ਐਡਮਿਸ਼ਨ ਹੈ ਤੋਂ ਇੰਪੋਰਟੈਂਟ ਸਾਈਟਸ ਆ ਮੈਂ ਚ पहला मैं आ, आई टी आई आई टी आई की गल करना डबल्यू 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 डॉट आई टी आई पंजाब डॉट एन आई सी डॉट आई एन सारी प्रोसैस है एडमिशन प्रोसैस रजिस्ट्रेशन भी बच्चे इतें साइट पर जाके कराते फिर मैं डिसप्ले करा पॉलिटैक्निक वाली जइट्स है दो डबल्यू डॉट पंजाब टैक्ड पी यू एन जे ए बी टी ई सी एच ई डी डॉट कॉम तो दूसरी है डॉट टैग डॉट नैट ਇਹ ਦੋ ਸਾਈਟਸ ਨੇ ਜਿੱਥੋਂ ਪੋਲੀਟੈਕਨੀ ਸਾਰੀ ਡਿਟੇਲਸ ਕਿੱਥੇ ਕਿੱਥੇ ਪੋਲੀਟੈਕਨੀ ਪੰਜਾਬ 'ਚ ਹੈਗੇ ਨੇ ਉੱਥੇ ਕਿਹੜੀਆਂ ਕਿਹੜੀਆਂ ਸੀਟਾਂ ਕਿਹੜੇ ਕਿਹੜੇ ਕੋਰਸ ਰਜਿਸਟਰੇਸ਼ਨ ਵਾਸਤੇ ਵੀ ਇਹ ਸਾਰੀਆਂ ਸਾਈਟਸ ਬੱਚੇ ਨੋਟ ਕਰਨ ਇੱਥੇ ਅਪਲਾਈ ਕਰ ਸਕਦੇ ਨੇ ਹੁਣ ਆਈਟੀਆਈ ਵਾਲੀ ਕੋਈ ਦੁਬਾਰਾ ਦੱਸਿਓ ਕਿ ਸਰ ਪਲੀਜ਼ ਹਾਂ ਆਈਟੀਆਈ ਵਾਲੀ ਦੁਬਾਰਾ ਦੱਸ ਰਹੇ www.iti.punjab.nic.in ਜੀ ਸ਼ੁਕਰੀਆ ਸਰ ਸੋ ਇਹਨਾਂ ਵੈਬਸਾਈਟ ਸੇ ਜਾ ਕੇ ਤੁਸੀਂ ਕਰ ਸਕਦੇ ਹੋ ਪੂਰੀ ਡਿਟੇਲ ਵੈਸੇ ਇੱਕ ਮੈਂ ਚੀਜ਼ ਪੁੱਛਣਾ ਚਾਹੁੰਦਾ ਸੀਗਾ ਕਦੀ ਤੁਹਾਡੇ ਮਨ 'ਚ ਇਹ ਗੱਲ ਆਈ ਹੋਵੇਗੀ ਕਿ ਜਿਹੜੇ ਸਟੂਡੈਂਟਸ ਕਾਬਿਲ ਨੇ ਕਈ ਵਾਰ ਉਹਨਾਂ ਨੂੰ ਸੀਟਸ ਨਹੀਂ ਮਿਲਦੀਆਂ ਜਾਂ ਉਹਨਾਂ ਨੂੰ ਆਪਣੀ ਚੁਆਇਸ ਦਾ ਸਟੇਸ਼ਨ ਨਹੀਂ ਮਿਲਦਾ ਜਿੱਥੋਂ ਦੇ ਉਹ ਲੋਕਲ ਹੁੰਦੇ ਨੇ ਤਾਂ ਉਹਨਾਂ ਨੂੰ ਬਾਹਰ ਜਾਣ ਵਾਸਤੇ ਅਰੇਂਜ ਕਰਨਾ ਪੈਂਦਾ ਤੇ ਜੋ ਫਾਈਨੈਂਸ਼ੀਅਲੀ ਵੀਕ ਹੁੰਦੇ ਹਨ ਕੋਈ ਸਪੋਰਟ ਮਿਲਦੀ ਹੈ ਉੱਤੇ ਹੋਸਟਲ 'ਚ ਰਹਿਣ ਵਾਸਤੇ ਇਹਦੇ ਵਿੱਚ ਵੀ ਗਵਰਨਮੈਂਟ ਵੱਲੋਂ ਬਹੁਤ ਸਕੀਮਾਂ ਚਲਾਈਆਂ ਗਈਆਂ ਹਨ ਇਹਨਾਂ ਬੱਚਿਆਂ ਨੂੰ ਮਦਰ ਸਕਾਲਰਸ਼ਿਪਸ ਅਵੇਲੇਬਲ ਕੀਤੀ ਗਈ ਹੈ ਅਗਰ ਬੱਚਿਆਂ ਨੂੰ ਸੀਟਸ ਨਾ ਮਿਲਣ ਜਾਂ ਦੂਸਰੇ ਹੋਸਟਲ ਵਾਸਤੇ ਸੋ ਇਹਦੇ ਚ ਕਾਫੀ ਡਿਸਕਾਊਂਟ ਦਿੱਤੇ ਜਾਂਦੇ ਬੱਚਿਆਂ ਨੂੰ ਤੇ ਬੱਚੇ ਜਿਸ ਤਰ੍ਹਾਂ ਜਰ ਪ੍ਰੋਗਰੈਸ ਕਰਦੇ ਰਿਜ਼ਲਟ ਆਉਂਦਾ ਜਾਂਦਾ ਉਹਦੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਹੋਰ ਫੀਸ ਵੀ ਸਬਸਿਡੀ ਦਿੱਤੀ ਜਾਂਦੀ ਹੈ ਸੋ ਮੇਰੇ ਖਿਆਲ ਕਦੇ ਮੁਸ਼ਕਲ ਨਹੀਂ ਆਉਂਦੀ ਜਿਸ ਅਸੀਂ ਸਟੇਸ਼ਨ ਤੇ ਇੰਨੇ ਜ਼ਿਆਦਾ ਇੰਸਟੀਟਿਊਟ ਸਾਡੇ ਪੰਜਾਬ ਚ ਹਨ ਉਹਨਾਂ ਨੂੰ ਆਰਾਮ ਨਾਲ ਐਡਮਿਸ਼ਨ ਮਿਲਦੀ ਹੈ ਸਿਰਫ ਪ੍ਰੋਬਲਮ ਇਹ ਆਉਂਦੀ ਹੈ ਕਿ ਬੱਚੇ ਇਹ ਛੱਡ ਕੇ ਚਲੇ ਜਾਂਦੇ ਨੇ ਕਿਉਂਕਿ ਉਹ ਇੰਟਰਸਟ ਨਾਲ ਪੜਦੇ ਨਹੀਂ ਜਾਂ ਉਹਨਾਂ ਦੀ ਫਾਈਲ ਲੱਗੀ ਹੁੰਦੀ ਹੈ ਉਹ ਜਦੋਂ ਫਾਈਲ ਲੱਗ ਜਾਂਦੀ ਹੈ ਉਹ ਚਲੇ ਜਾਂਦੇ ਨੇ ਮੈਂ ਬੱਚਿਆਂ ਨੂੰ ਇਹੀ ਕਰਨਾ ਹੈ ਹਮੇ ਸਟਾਰਟ ਤੋਂ ਕਰਨਾ ਕਿ ਇੰਟਰਸਟ ਨਾਲ ਕਰੋ ਜਦ ਤੱਕ ਸਾਨੂੰ ਉਹਦੇ ਚ ਅਸੀਂ ਖੁਸ਼ੀ ਕ੍ਰੀਏਟ ਨਹੀਂ ਕਰਾਂਗੇ ਜਦੋਂ ਉੱਚ ਅਸੀਂ ਖੁਸ਼ੀ ਨਹੀਂ ਲੱਭਾਂਗੇ ਆਪਣਾ ਇੰਟਰਸਟ ਨਹੀਂ ਲੱਭਾਂਗੇ ਪ੍ਰੈਕਟੀਕਲ ਨਹੀਂ ਸਿੱਖਾਂਗੇ ਬਿਨਾ ਪ੍ਰੈਕਟੀਕਲ ਟ੍ਰੇਨਿੰਗ ਤੋਂ ਇਹ ਸਾਨੂੰ ਕੋਰਸ ਸਾਡੇ ਕੰਮ ਨਹੀਂ ਆਉਣ ਵਾਲਾ ਇਹ ਚੀਜ਼ ਸਮਝਣ ਵਾਲੀ ਗੱਲ ਹੈ ਜੀ ਸਟੂਡੈਂਟਸ ਨੂੰ ਵਿਦਿਆਰਥੀਆਂ ਨੂੰ ਇਹ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਕਿ ਤੁਹਾਨੂੰ ਲਗਨ ਹੋਣੀ ਚਾਹੀਦੀ ਹੈ ਬਸ ਲਗਨ ਹੋਣੀ ਚਾਹੀਦੀ ਹੈ ਬਾਕੀ ਸਾਰੇ ਕੰਮ ਆਪਣੇ ਆਪ ਹੋਣੇ ਸ਼ੁਰੂ ਹੋ ਜਾਂਦੇ ਨੇ ਪੈਸੇ ਦਾ ਅਰੇਂਜਮੈਂਟ ਵੀ ਹੋ ਜਾਂਦਾ ਸਾਰੇ ਇੰਤਜ਼ਾਮ ਹੋ ਜਾਂਦੇ ਨੇ ਲਗਨ

ਦੀਆਂ ਹੀ ਬਿੱਲੀਆਂ ਮਿਆਂ ਨੂੰ ਸਾਨੂੰ ਕਹਿੰਦੀਆਂ ਇੰਗਲੀ ਫੜਾਈਆਂ ਜਦੋਂ ਪੌਂਚਾ ਫੜ ਲੈਂਦੀਆਂ ਸਾਡੀਆਂ ਹੀ ਥਿੱਲੀਆਂ ਮਿਆਂ ਨੂੰ ਸਾਨੂੰ ਕਹਿੰਦੀਆਂ ਇੰਗਲੀ ਫੜਾਈਆਂ ਜਦੋਂ ਪੌਂਚਾ ਫੜ ਲੈਂਦੀਆਂ ਧਾਰਾ ਮਿੱਠੀਆਂ ਤੇ ਅੰਦਰੋਂ ਖਟਾਸ ਧਾਰਾ ਮਿੱਠੀਆਂ ਤੇ ਅੰਦਰੋਂ ਖਟਾਸ ਹੁਣ ਤੈਨੂੰ ਪੀਆ ਹੇਲਕਮਾ ਕਿ ਤੈਨੂੰ ਪਾਸ ਹੁਣ ਤੈਨੂੰ ਪੀਆ ਹੇਲਕਮਾ ਕਿ ਤੈਨੂੰ ਪਾਸ ਹੁਣ ਤੈਨੂੰ ਪੀਆ ਕੋਲ ਖੰਝਰੀ ਕਿੰਨਾ ਚਿਰ ਵੇਖਾਂਗੇ ਕਲੋਲ ਕਰ ਕੰਝਰੀ ਤੇਰੇ ਕੋਲ ਤਾਂ ਪੂਰੇ ਸਾਟ ਕੋਲ ਖੰਝਰੀ ਕਿੰਨਾ ਚਿਰ ਵੇਖਾਂਗੇ ਕਲੋਲ ਕਰ ਕੰਝਰੀ ਕਦੇ ਭੁੱਲੀ ਗਿਆ ਨਾ ਆਪਣੀ ਹਕਤ ਕਦੇ ਭੁੱਲੀ ਐ ਨਾ ਆਪਣੀ ਹਕਤ ਤੇ ਹੁਣ ਤੈਨੂੰ ਕੀ ਆਖਾਂ ਵੈਲਕਮ ਆ ਕਿ ਤੈਨੂੰ ਜੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਅੱਜ ਅਸੀਂ ਆਈਟੀਆਈ ਤੇ ਪੋਲੀਟੈਕਨਿਕ ਬਾਰੇ ਖਾਸ ਜਾਣਕਾਰੀ ਦੇ ਰਹੇ ਹਾਂ ਸਟੂਡੀਓ ਸਵਿਚ ਮੌਜੂਦ ਨੇ ਡਾਕਟਰ ਜਗਰੂਪ ਸਿੰਘ ਜੀ ਜੋ ਪ੍ਰਿੰਸੀਪਲ ਨੇ ਮਹਿਰਚੰਦ ਪੋਲੀਟੈਕਨਿਕ ਕਾਲਜ ਤੋਂ ਸਰ ਤੁਸੀਂ ਗੱਲ ਕਰ ਰਹੇ ਸੀ ਕਿ ਇਹ ਫੀਲਡ ਜਿਹੜਾ ਹੈ ਪ੍ਰੈਕਟੀਕਲ ਆ ਤੁਸੀਂ ਆਪਣੇ ਹੱਥੀਂ ਕੰਮ ਕਰੋਗੇ ਆਪਣੇ ਆਪ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਇਹਦੇ ਚ ਪਰਫੈਕਟ ਹੋ ਸਕਦੇ ਹੋ ਸੋ ਪ੍ਰੈਕਟੀਕਲ ਨੌਲੇਜ ਤਾਈ ਹੋ ਸਕਦੀ ਹੈ ਜੇ ਤੁਸੀਂ ਉਹਨਾਂ ਨੂੰ ਵਿਜ਼ਿਟ ਕਰਵਾਓ ਉਹਨਾਂ ਥਾਂ ਦੇ ਉੱਤੇ ਜਿੱਥੇ ਉਹ ਸਿੱਖੇ ਸਿਖਾਏ ਲੋਕ ਜਾ ਕੇ ਕੰਮ ਕਰ ਰਹੇ ਨੇ ਨੌਕਰੀ ਕਰ ਰਹੇ ਨੇ এমਪਲॉयਮੈਂਟ ਦੇ ਵਿੱਚ ਨੇ ਕੋਈ ਐਦਾਂ ਦੇ ਕਨੈਕਸ਼ਨਸ ਹੁੰਦੇ ਨੇ ਤੁਹਾਡੇ ਡਿਪਾਰਟਮੈਂਟਸ ਦੇ ਅਲੱਗ-ਅਲੱਗ ਇੰਡਸਟਰੀਜ਼ ਦੇ ਨਾਲ ਅੱਜਕੱਲ ਟੈਕਨੀਕਲ ਪ੍ਰੋਗਰਾਮ ਵਿੱਚ ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਦੀ ਬਹੁਤ ਇੰਪੋਰਟੈਂਸ ਹੈ ਇਸ ਅਦਾਰਾ ਜਿਹੜਾ ਹੈ ਉਹ ਉਦਯੋਗਿਕ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਨਾਲ ਕਿਸ ਤਰ੍ਹਾਂ ਰਾਬਤਾ ਰੱਖਦਾ ਇਹ ਬਹੁਤ ਜ਼ਰੂਰੀ ਹੈ ਅਸੀਂ ਜਿਸ ਤਰ੍ਹਾਂ ਹਰ ਸੈਕੰਡ ਸੈਟਰਡੇ ਇੰਡਸਟਰੀ ਡ ਇੰਡਸਟਰੀ ਤੋਂ ਐਕਸਪਰਟ ਸਾਡੇ ਬੱਚਿਆਂ ਨੂੰ ਆ ਕੇ ਰੂਬਰੂ ਹੁੰਦੇ ਨੇ ਸਾਡੇ ਬੱਚਿਆਂ ਨੂੰ ਅਸੀਂ ਵਿਜ਼ਿਟਸ ਕਰਕੇ ਸ਼ਾਰਟ ਟੂਰ ਜਾਂ ਲੌਂਗ ਟੂਰ ਕਰਕੇ ਇੰਡਸਟਰੀ ਲੈ ਕੇ ਜਾਂਦੇ ਹਾਂ ਕਿਉਂਕਿ ਇੰਡਸਟਰੀ ਵਿੱਚ ਕਿਹੜੇ ਪ੍ਰੋਸੈਸ ਚੱਲਦੇ ਆ ਅੱਜਕੱਲ ਕਿਹੜੀ ਡਿਜੀਟਲ ਟੈਕਨਿਕਸ ਯੂਜ਼ ਹੋ ਰਹੀ ਹੈ ਇਹ ਬੱਚਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਪਹਿਲਾਂ ਬੱਚੇ ਆਟੋਕੈਡ ਕਰ ਲੈਂਦੇ ਸੀ ਡਰਾਇੰਗਸ ਬੈਠ ਕੇ ਅੱਜਕੱਲ ਇਹ ਆਟੋਕੈਡ ਸਾਰੀ ਡਿਜੀਟਲ ਹੋ ਗਈ ਹੈ ਆਟੋਕੈਡ ਵਿੱਚ ਕੈਡ ਆ ਗਈ ਹੈ ਕੰਪਿਊਟਰ ਐਡੀਟਡ ਡਿਜ਼ਾਈਨ ਕੰਪਿਊਟਰ ਐਡੀਟਡ ਮਸ਼ੀਨਸ ਇਹ ਸਾਰੀਆਂ ਚੀਜ਼ ਆ ਗਈਆਂ ਸੋ ਇੰਡ ਔਰ ਮੇਰੀ ਕਈ HR ਜਿਹੜੇ ਇੰਟਰਵਿਊ ਲੈਣਾਂ ਦੇ ਬੱਚੇ ਅਸੀਂ ਉਹਨਾਂ ਨੂੰ ਕਈ ਵਾਰ ਪੁੱਛਦੇ ਹਾਂ ਵੀ ਤੁਸੀਂ ਬੱਚਿਆਂ 'ਚ ਕੀ ਲੱਭਦੇ ਹੋ ਵੀ ਇੰਡਸਟਰੀ ਵਾਲੇ ਕਹਿੰਦਾ ਦੇਖੋ ਜੀ ਅਸੀਂ ਜ਼ਰੂਰ ਦੇਖਦੇ ਹਾਂ ਬੱਚੇ ਦਾ ਨੋਲਿਜ ਕੀ ਹੈ ਜਾਂ ਅਸੀਂ ਬੱਚੇ ਨੂੰ ਕਿੰਨੀਆਂ ਕਿ ਟੈਕਨੀਕਸ ਆਂਦੀਆਂ ਹਨ ਲੇਕਿਨ ਅਸੀਂ ਉਹਦੀ ਇੰਪੋਰਟੈਂਸ ਨਹੀਂ ਦਿੰਦੇ ਕਿਉਂਕਿ ਅਸੀਂ ਉਸ ਖਾ ਲਾਂਗੇ ਟ੍ਰੇਨਿੰਗ ਅਸੀਂ ਦੇ ਲਾਂਗੇ ਮੇਨ ਨਜ਼ਰ ਇਹਦੇ ਬੱਚੇ 'ਚ ਭੁੱਖ ਕਿੰਨੀ ਹੈ ਹਮ ਬੱਚੇ 'ਚ ਬਰਨਿੰਗ ਡਿਜ਼ਾਇਰ ਕਿੰਨਾ ਹੈ ਉਹਦਾ ਐਟੀਟਿਊਡ ਕੀ ਹੈ ਜਦੋਂ ਉਹਦਾ ਐਟੀਟਿਊਡ ਹੈ ਕਿ ਮੈਂ ਕੁਝ ਵੀ ਕਰ ਸਕਦਾ ਤਾਂ ਸਾਨੂੰ ਇਹੋ ਜਿਹਾ ਬੱਚਾ ਚਾਹੀਦਾ ਹੈ ਕਿ ਅਸੀਂ ਉਹਨੂੰ ਸੋ ਅਸੀਂ ਸਟੂਡੈਂਟਸ ਨੂੰ ਫਿਨਿਸ਼ਿੰਗ ਸਕੂਲ ਤਿਆਰ ਕਰਕੇ ਫਿਨਿਸ਼ਿੰਗ ਸਕੂਲ ਦੇ ਵਿੱਚ ਫਾਈਨਲ ਦੇ ਬੱਚੇ ਨੂੰ ਅਸੀਂ ਤਿਆਰ ਕਰਾਉਂਦੇ ਆ ਉਹਦੇ ਰੈਜ਼ਿਊਮੇ ਕਿਸ ਤਰ੍ਹਾਂ ਲਿਖਣਾ ਹੈ ਉਹ ਬੱਚਿਆਂ ਨੇ ਕਿਸ ਤਰ੍ਹਾਂ ਕੰਪਨੀ ਕੋਲੇ ਐਸਾ ਡਮੀ ਇੰਟਰਵਿਊਜ਼ ਤਿਆਰ ਕਰਕੇ ਸੋ ਮੈਕਸਿਮ ਇੰਟਰੈਕਸ਼ਨ ਐਕਸਪਰਟਸ ਨਾਲ ਹੋਏਗੀ ਤਾਂ ਇਹ ਬੱਚੇ ਕਾਮਯਾਬ ਹੋਣਗੇ ਇਹ ਪੌਚੀ ਚ ਤੇ ਉਹਦੇ ਨਾਲ ਪਲੇਸਮੈਂਟ ਵੀ ਪੋਸੀਬਲ ਹੋ ਜਾਏਗੀ ਪਲੇਸਮੈਂਟ ਬਿਲਕੁਲ ਪਲੇਸਮੈਂਟ ਕਿਉਂਕਿ ਕੰਪਨੀਆਂ ਨੇ ਦੇਖੋ ਜੀ ਜਦੋਂ ਕੰਪਨੀਆਂ ਦੇ ਉਹ ਦੇਖਦੇ ਆ ਕਿ ਤੁਹਾਡਾ ਬੱਚਾ ਸਾਡੇ ਫਿੱਟ ਨਹੀਂ ਆ ਰਿਹਾ ਅਸੀਂ ਉਹ ਨਹੀਂ ਕਰਦੇ ਓਕੇ ਜੇ ਸਾਡੇ ਹਰ 5 ਸਾਲ ਬਾਅਦ ਸਾਡਾ ਸਿਲੇਬਸ ਰਿਵਾਈਜ਼ ਹੁੰਦਾ ਇੰਡਸਟਰੀ ਦੇ ਸਾਥ ਨਾਲ ਤਾਂ ਕਿ ਉਹ ਜਿਹੜੀਆਂ ਨਵੀਆਂ ਟੈਕਨਿਕਸ ਆ ਉਹ ਆਉਣੀਆਂ ਚਾਹੀਦੀਆਂ ਜੇ ਅਸੀਂ ਪੁਰਾਣੀਆਂ ਚੀਜ਼ਾਂ ਜੁੜੇ ਰਾਵਾਂਗੇ ਜਿਵੇਂ ਸਿਰ ਪਹਿਲਾਂ ਅਸੀਂ ਸਰਵੇ ਕਰਦੇ ਹੁੰਦੇ ਸੀ ਨਾ ਅਸੀਂ ਗੰਟਰ ਚੇਨਾਂ ਨਾਲ ਕਰਦੇ ਸੀ ਬੜੀਆਂ ਬੜੀਆਂ ਚੇਨਾਂ ਲੈ ਕੇ ਅਸੀਂ ਰੇਂਜਿੰਗ ਰੋਡ ਲੈ ਕੇ ਸਰਵੇ ਕਰਦੇ ਸੀ ਉਸ ਤੋਂ ਬਾਅਦ ਲੈਵਲਸ ਆ ਗਏ ਫਿਰ ਥੀਡੋਲਾਈਟ ਆਇਆ ਹੁਣ ਟੋਟਲ ਸਟੇਸ਼ਨ ਆ ਗਿਆ ਡਿਜੀਟਲ ਥੀਡੋਲਾਈਟ ਇੱਕ ਜਗ੍ਹਾ ਰੱਖੋ ਸਾਰਾ ਨਕਸ਼ਾ ਬਣ ਜਾਂਦਾ ਹੈ ਇਹਦੇ ਵਿੱਚ GPS ਸਰਵੇ ਆ ਗਿਆ ਸੋ ਆਪਣੇ ਆਪ ਇਹ ਐਡਵਾਂਸ ਟੈਕਨਿਕਸ ਐਡ ਹੁੰਦੀ ਜਾਂਦੀ ਹੈ। ਤੋਂ ਸਾਨੂੰ ਬੱਚਿਆਂ ਨੂੰ ਵੀ ਉਹ ਤਿਆਰ ਕਰ ਲੈ ਇੰਡਸਟਰੀ ਨਾਲ ਰਾਬਤਾ ਰੱਖਣਾ ਬਹੁਤ ਜ਼ਰੂਰੀ। ਇੱਕ ਚੀਜ਼ ਇੱਥੇ ਮੇਰੇ ਮਾਈਂਡ ਚ ਆਉਂਦੀ ਹੈ ਕਿ ਜਦੋਂ ਇੰਡਸਟਰੀ ਨਾਲ ਤੁਹਾਡਾ ਰਾਬਤਾ ਹੈ, ਪਲੇਸਮੈਂਟਸ ਨੇ, ਵਿਜ਼ਿਟਸ ਨੇ, ਕੋਰਸ ਵਿੱਚ ਵੀ ਕੁਝ ਐਦਾਂ ਦੀ ਚੀਜ਼ ਰੱਖਦੇ ਹੋ ਕਿ ਉਹਨਾਂ ਨੂੰ ਇੰਡਸਟਰੀ ਦੀ ਡਿਮਾਂਡ ਦੇ ਮੁਤਾਬਕ ਕੋਰਸ ਲੈਣੇ ਪੈਂਦੇ ਨੇ, ਮਾਰਕੀਟ ਦੀ ਡਿਮਾਂਡ ਦੇ ਮੁਤਾਬਕ ਫਿਰ ਉੱਥੇ ਆਪਣੀ ਚੋਇਸ ਕਿੱਥੇ ਜਾਏਗੀ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ। ਮੈਂ ਸਟਾਰਟ ਤੀ ਕਿਹਾ ਸੀ ਨਾ ਅਗਰ ਤਾਂ ਬੱਚੇ ਨੇ ਦੇਖਣਾ ਵੀ ਲੋਕਲ ਇ ਜੀਉ ਜਲ ਕੀ ਅੱਛਾ ਪੈਕੇਜ ਆ ਦੇਖਦਾ ਜਿੱਥੇ ਮਰਜ਼ੀ ਮੈਂ ਕਿਤੇ ਭਾਰਤ ਦੇ ਕਿਸੇ ਹਿੱਸੇ ਵਿੱਚ ਜਾ ਸਕਦਾ ਮੇਰੀ ਇਹ ਕਾ ਰਾਈਟ ਸਰ ਸੋ ਅਵੇਅਰਨੈਸ ਵਾਸਤੇ ਤੁਸੀਂ ਕਿਦਾਂ ਕਿਦਾਂ ਦੇ ਸਟੈਪਸ ਲੈ ਰਹੇ ਹੋ ਤਾਂ ਕਿ ਹਰ ਖੇਤਰ ਦੇ ਵਿੱਚ ਤੁਸੀਂ ਸਟੂਡੈਂਟਸ ਨੂੰ ਜਾਗਰੂਕ ਕਰ ਸਕੋ ਪਿੰਡਾਂ ਦੇ ਵਿੱਚ ਅਲੱਗ ਅਲੱਗ ਵਰਗਾਂ ਦੇ ਵਿੱਚ ਇਹ ਸਭ ਕਿਦਾਂ ਕਰਦੇ ਜਿਹੜੇ ਸਕਿਲਡ ਪ੍ਰੋਗਰਾਮਸ ਹੈ ਯਸ ਸਰ ਇਹ ਇਹ ਸਾਡੇ ਭਾਰਤ ਦੀ ਰੀੜ ਦੀ ਹੱਡੀ ਹੈ ਸਾਡੇ ਯੁਵਾ ਜਿਹੜੀ ਜਿਹੜੀ ਜਨਰੇਸ਼ਨ ਹੈ ਸਾਡੇ ਯੁਵਾ ਉਸ ਨੂੰ ਇਹਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਵੋਕੇਸ਼ਨਲ ਟ੍ਰੇਨਿੰਗ ਵੋਕੇਸ਼ਨਲ ਸਬਜੈਕਟਸ ਇਹਦੇ ਲਈ ਆ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾਂਦੇ ਬਹੁਤ ਸਕੀਮਾਂ ਇਹਦੇ ਟੈਕਨੀਕਲ ਮੇਲੇ ਲਾਏ ਜਾਂਦੇ ਕੌਸ਼ਲ ਮੇਲੇ ਜਗ੍ਹਾ ਜਗ੍ਹਾ ਤੇ ਤਾਂ ਕਿ ਬੱਚਿਆਂ ਨੂੰ ਜਾਗਰੂਕ ਕਰ ਸਕਣ ਵੀ ਆਹ ਕੋਰਸ ਅਵੇਲੇਬਲ ਹੈ ਫਿਰ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਵਿੱਚ ਬਾਰ-ਬਾਰ ਦੱਸਿਆ ਜਾਂਦਾ ਬੱਚਿਆਂ ਨੂੰ ਵੀ ਕਿਉਂਕਿ ਦੇਖੋ ਅੱਜ ਕੱਲ ਕੀ ਕਹਿੰਦੇ ਬੱਚਾ ਅਗਰ ਵਿੱਲ ਹੈ ਤਾਂ ਸ਼ੈਤਾਨ ਦਾ ਕਰ ਉਹ ਕਿੱਧਰ ਜਾਏਗਾ ਆਪਾਂ ਕਹਿੰਦੇ ਸਾਡਾ ਬੱਚਾ ਉਹ ਨਸ਼ਿਆਂ ਵੱਲ ਚਲਾ ਗਿਆ ਉਹ ਦੂਜੇ ਪਾਸੇ ਚਲਾ ਗਿਆ ਉਹ ਟਾਣੀ ਬੜਾ ਕੇ ਬੈਠਾ ਰਹਿੰਦਾ ਉਹ ਇਨਾਂ ਨੂੰ ਕੋਈ ਨਾ ਕੋਈ ਚੀਜ਼ ਦੇਣੀ ਚਾਹੀਦੀ ਕਿਉਂਕਿ ਸਾਡੀ ਜਿਹੜੀ ਜਨਰੇਸ਼ਨ ਆ ਨਵੇਂ ਇੰਡੀਆ ਦੇ ਵਿੱਚ ਉਹ 45% ਯੂਥ ਸੋ ਯੂਥ ਨੂੰ ਚੈਨਲਾਈਜ਼ ਕਰਨਾ ਬਹੁਤ ਜ਼ਰੂਰੀ ਹੈ ਚੈਨਲਿਸ ਵਾਸਤੇ ਇਹ ਹੈ ਸੋ ਇਹਦੇ ਲਈ ਜੋ ਮਦਦ ਸਹਾ ਜਨ ਸਾਡੇ ਕੈਰੀਅਰ ਕਾਉਂਸਲਿੰਗ ਸਟੇਲਸ ਹੈਗੇ ਆ ਡਿਫਰੈਂਟ ਜਾ ਕੇ ਅਸੀਂ ਪਿੰਡਾਂ ਚ ਅਸੀਂ ਜਿਹੜੀ ਜਮ ਸੀਰਟੀਸ ਸਕੀਮ ਆ ਸਾਡੇ ਕੋਲ ਉਹਦੇ ਰਾਹੀਂ ਅਸੀਂ ਮੇਲੇ ਲਗਾਉਨੇ ਆ ਜਗ੍ਹਾ ਜਗ੍ਹਾ ਪਿੰਡਾਂ ਚ ਮੇਲੇ ਉੱਥੋਂ ਦੀ ਪੰਚਾਇਤ ਨੂੰ ਇਕੱਠੇ ਕਰਦੇ ਆ ਲੋਕਾਂ ਨੂੰ ਇਕੱਠੇ ਕਰਦੇ ਆ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਜਿਹੜੇ 10ਵੀਂ ਪਾਸ ਬੱਚੇ ਉਹਨਾਂ ਲਈ ਆ ਕੋਰਸ ਜਿਹੜੇ 8ਵੀਂ ਪਾਸ ਬੱਚੇ ਉਹਨਾਂ ਲਈ ਆ ਕੋਰਸ ਤਾਂ ਕਿ ਬੱਚੇ ਇਹਦੇ ਵਿੱਚ ਇੰਟਰਸਟ ਨਾਲ ਦਾਖਲ ਹੋ ਸਕਣ ਕੋਈ ਕੁੜੀਆਂ ਵਾਸਤੇ ਵੀ ਸਪੈਸੀਫਿਕ ਕੋਰ ਪਹਿਲਾਂ ਜਦੋਂ ਲੜਕੀਆਂ ਆਉਂਦੀਆਂ ਸੀ ਨਾ ਇੱਕ ਕੋਰਸ ਹੁੰਦਾ ਸੀ ਉਹਨੇ ਸੇਬਲ ਚ ਜਾਣਾ ਜਾਂ ਆਰਕੀਟੈਕਚਰ ਜਾਣਾ ਜਾਂ ਉਹਨੇ ਕੰਪਿਊਟਰ ਜਾਂ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ਲੈਣੀ ਜੀ ਤੁਸੀਂ ਬੜੇ ਹੈਰਾਨ ਹੋਵੋਗੇ ਅੱਜ ਮਕੈਨੀਕਲ ਚ ਵੀ ਕੁੜੀ ਜਾ ਰਹੀ ਹੈ ਆਟੋ ਮੋਬਾਈਲ ਚ ਵੀ ਲੜਕੀ ਜਾ ਰਹੀ ਹੈ ਐਰੋਨੈਟਿਕਲ ਵਿੱਚ ਵੀ ਲੜਕੀ ਜਾ ਰਹੀ ਹੈ ਅਕਲਪਨਾ ਚਾਵਲਾ ਜਿਹਨੇ ਪੰਜਾਬ ਜੀ ਨੀ ਕਾਲਜ ਚੰਡੀਗੜ੍ਹ ਤੋਂ ਕੀਤੀ ਸਾਡੇ ਸਾਹਮਣੇ ਐਗਜ਼ਾਮਪਲ ਹੈ ਅੱਜ ਕੋਈ ਖੇਤਰ ਨਹੀਂ ਰਹਿ ਗਿਆ ਲੜਕੀਆਂ ਮਤਲਬ ਉਹ ਪਿੱਛੇ ਨਹੀਂ ਹੈ ਕਿਸੇ ਵੀ ਕੋਰਸ ਜਾ ਸਕਦੀ ਹੈ ਲੇਕਿਨ ਜਿਹੜੀ ਆਮ ਤੌਰ ਤੇ ਦੇਖਿਆ ਜਾਂਦਾ ਜਿਸ ਵੇ ਗੱਲ ਕੀਤੀ ਹੈ ਲੜਕੀਆਂ ਜਿਹੜੇ ਆਈਟੀਆ ਕੋਰਸ ਬਿਊਟੀਸ਼ਨ ਚ ਪਸੰਦ ਕਰਦੀਆਂ ਉਹ ਆਰਟ ਐਂਡ ਕਰਾਫਟ ਹੈ ਉਹ ਫਿਰ ਉਹਨਾਂ ਜੇ ਫੈਸ਼ਨ ਡਿਜ਼ਾਈਨਿੰਗ ਅੱਜ ਕੱਲ ਇੱਕ ਨਵਾਂ ਕੋਰਸ ਹੈ ਜੁਐਲਰੀ ਡਿਜ਼ਾਈਨਿੰਗ ਵਾਹ ਇਹ ਬੜਾ ਪਪੂਲਰ ਹੈ ਲੇਕਿਨ ਕਿਤੇ ਕਿਤੇ ਸਭ ਜਗ੍ਹਾ ਨਹੀਂ ਹੈ ਅਵੇਲੇਬਲ ਹੈ ਜੁਐਲਰੀ ਡਿਜ਼ਾਈਨਿੰਗ ਕੋਰਸ ਹੈ ਡੈਸਕਟਾਪ ਪਬਲਿਸ਼ਿੰਗ ਹੈ ਸੋ ਇਸ ਤਰ੍ਹਾਂ ਦੇ ਪ੍ਰੋਗਰਾਮਸ ਆ ਲੜਕੀਆਂ ਪਸੰਦ ਕਰਦੀਆਂ ਕਿਉਂਕਿ ਆਰਾਮ ਨਾ ਕਰ ਲੈਂਦੀਆਂ ਵੈਸੇ ਉਹਨਾਂ ਵਾਸਤੇ ਐਸਾ ਕੋਈ ਖੇਤਰ ਨਹੀਂ ਜਿੱਥੇ ਉਹ ਨਾ ਜਾ ਸਕਣ ਬਿਲਕੁਲ ਕਿਉਂਕਿ ਜਿਵੇਂ ਜਿਵੇਂ ਸਮਾਜ ਦੀ ਸੋਚ ਬਦਲਦੀ ਹੈ ਦਾਇਰਾ ਵੱਧਦਾ ਤਾਂ ਫਿਰ ਕੁੜੀਆਂ ਹਰ ਖੇਤਰ ਦੇ ਵਿੱਚ ਅੱਗੇ ਆ ਰਹੀਆਂ ਨੇ ਔਰ ਕਈ ਥਾਂ ਤੇ ਮੁੰਡਿਆਂ ਨੂੰ ਵੀ ਪਿੱਛੇ ਛੱਡ ਦਿੰਦੀਆਂ ਨੇ ਸੋ ਇੱਕ ਹੋਰ ਵਰਗ ਆਉਂਦਾ ਹੈ ਦਿਵਿਆਂਗ ਉਹਨਾਂ ਵੱਲ ਕੋਈ ਖਾਸ ਧਿਆਨ ਕੋਈ ਖਾਸ ਤਵਜੋ ਤੁਸੀਂ ਦੇ ਰਹੇ ਹੋ ਆਲ ਇੰਡੀਆ ਕਾਉਂਸਲ ਆਫ ਟੈਕਨਿਕਲ ਕੁਐਸਚਨ ਇਹਦੇ ਵਾਸਤੇ ਬਹੁਤ ਹੀ ਕੋਸ਼ਿਸ਼ ਕਰ ਰਿਹਾ ਹੈ ਕਿ ਦਿਵਿਆਂਗ ਬੱਚਿਆਂ ਨੂੰ ਕਦੇ ਪ੍ਰੋਬਲਮ ਨਾ ਆ ਅੱਗੇ ਸੋਚਦੇ ਸੀ ਅਗਰ ਬੱਚਾ ਦਿਵਿਆਂਗ ਹੈ ਨਾ ਉਹ ਮਿਊਜ਼ਿਕ 'ਚ ਜਾ ਸਕਦਾ ਹੈ ਜਾਂ ਹੋਰ ਕਿਉਂ ਖੇਤਰ ਦੇ ਵਾਸਤੇ ਨਹੀਂ ਹੈ ਅੱਜ ਕੱਲੋਂ ਟੈਕਨੀਕ ਇਚ ਕੁਸ਼ਨ ਵਿੱਚ ਵੀ ਬੱਚੇ ਆ ਰਹੇ ਨੇ ਪਹਿਲਾਂ ਤਾਂ ਉਹਨਾਂ ਦੀ ਹਦਾਇਤਾਂ ਹੁੰਦੀ ਹੈ ਵੀ ਸਾਰੇ ਇੰਸਟੀਚਿਊਟ ਵਿੱਚ ਵੀ ਗਰਾਊਂਡ ਲੈਵਲ ਤੇ ਉਹਨਾਂ ਦੇ ਲੈਬਸ ਹੋਣ ਜਿੱਥੇ ਉਹ ਜਾ ਸਕਣ ਉਹਨਾਂ ਵਾਸਤੇ ਰੈਂਪ ਹੋਵੇ ਇਹ ਸਾਰੀਆਂ ਫੈਸਿਲਿਟੀ ਦੇਖੇ ਜਾਂਦੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਤੁਹਾਨੂੰ ਹੈਰਾਨ ਰੋਗੇ ਬ্লাইন্ড ਬੱਚੇ ਹੈ ਬ্লাইন্ড ਬੱਚੇ ਅੱਜ ਕੱਲ ਸਕਰੀਨ ਰੀਡਰ ਸੌਫਟਵੇਅਰ ਆ ਗਿਆ ਹੈ ਜੋਸ ਜੋਸ ਹਾਂ ਜੌਬ ਜੌਬ ਐਕਸੈਸ ਵਿਦ ਸਪੀਚ ਇੱਕ ਐਨਵੀਡੀ ਹੈ ਨਾਨ ਵਿਜੂਅਲ ਡੈਸਕਟਾਪ ਐਕਸੈਸ ਇੱਕ ਬਲਾਈਂਡ ਬੱਚੇ ਨੇ ਬਣਾਇਆ ਜੀ ਸੌਫਟਵੇਅਰ ਅੱਛਾ ਹਾਂ ਬਲਾਈਂਡ ਬੱਚੇ ਨੇ ਸੌਫਟਵੇਅਰ ਡਿਜ਼ਾਈਨ ਕੀਤਾ ਸੋ ਬਲਾਈਂਡ ਬੱਚੇ ਕੰਪਿਊਟਰ ਨੂੰ ਐ ਤੁਸੀਂ ਤੇ ਰੱਖ ਦਿਓ ਕੰਪਿਊਟਰ ਤੇ ਬਲਾਈ ਉਹ ਇਸ ਤਰ੍ਹਾਂ ਆਪਰੇਟ ਕਰਦੇ ਨੇ ਈਮੇਲਸ ਕਰਦੇ ਨੇ ਪ੍ਰਿੰਟ ਆਊਟ ਲੈਂਦੇ ਤੁਸੀਂ ਹੈਰਾਨ ਹੋ ਜਾਓਗੇ ਸਾਰੀਆਂ ਉਹਨਾਂ ਵਾਸਤੇ ਟਾਕਿੰਗ ਬੁੱਕਸ ਆ ਗਈ ਹੈ ਹਰ ਇੱਕ ਬੁੱਕ ਪੜ੍ਹਨੀ ਆਸਾਨ ਹੈ ਹੁਣ ਬਲਾਈਂਡ ਬੱਚਾ ਇਹ ਨਹੀਂ ਬ੍ਰੇਲ ਲਿਪੀ ਨਹੀਂ ਕਰਦਾ ਜੋ ਪਹਿਲਾਂ ਸਮਾਂ ਸੀ ਬ੍ਰੇਲ ਦੇ ਨਾਲ ਹੱਥ ਫੇਰ ਕੇ ਬੱਚਾ ਪੜ੍ਹਦਾ ਸੀ ਹੁਣ ਟਾਕਿੰਗ ਸੌਫਟਵੇਅਰਸ सो तो टेक्नोलॉजी ने इन दिव्यांग बच्चों लिए बहुत की है बच्चा सिर्फ वो मन हो वो अगे बहुत जा सकता है so, सो uh, मतलब सोसाइटी uh, वाल पूरा ध्यान है जिस तरह स्किल डिवेलपमेंट वो हो गया उस तो बाद uh, कौशल विकास योजना बारे तुसी दस्या है uh, प्राइम मिनिस्टर uh, स्कीम्स भी ने जिन्हों मेक इन इंडिया कहें बिल्कुल ना ਤਾਂ ਕਿ ਭਾਰਤ ਦੇ ਅੰਦਰ ਹੀ ਚੀਜ਼ਾਂ ਬਣਨ ਤਾਂ ਪੰਨੋਸ ਬਿਲਕੁਲ ਕਮਿਊਨਿਟੀ ਡਿਵੈਲਪਮੈਂਟ ਥਰੂ ਪੋਲੀਟੈਕਨਿਕਸ ਬਿਲਕੁਲ ਕਮਿਊਨਿਟੀ ਡਿਵੈਲਪਮੈਂਟ ਥਰੂ ਪੋਲੀਟੈਕਨਿਕਸ ਇਹਦੀ ਅਸੀਂ ਜ਼ਰੂਰ ਡਿਟੇਲ ਜਾਨਣਾ ਚਾਹਾਂਗੇ ਕਿਉਂਕਿ ਇਹ ਵੀ ਸੈਂਟਰਲ ਗਵਰਨਮੈਂਟ ਦੀ ਤੁਸੀਂ ਦੱਸ ਰਹੇ ਹੋ ਕਿਉਂਕਿ ਆਪਾਂ ਇਹ ਗੱਲ ਕਰ ਰਹੇ ਆਂ ਆਈਟੀ ਅਤੇ ਪੋਲੀਟੈਕਨਿਕ ਜੀ ਇਹ ਇੱਕ ਐਸੀ ਸਕੀਮ ਹੈ ਜਿਹੜੀ ਭਾਰਤ ਸਰਕਾਰ ਵੱਲੋਂ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਟਰਪ੍ਰੀਨਿਓਰਸ਼ਿਪ ਵੱਲ ਚਲਾਈ ਜਾਂਦੀ ਹੈ ਜਿਹਦੇ ਵਿੱਚ ਕੁਝ ਪੋਲੀਟੈਕਨਿ ਦਿੱਤੀ ਹੋਈ ਹੈ ਜਿਸ ਤਰ੍ਹਾਂ 2 ਤੋ ਇਸ ਸਕੀਮ ਦੇ ਅਧੀਨ ਅਸੀਂ ਕੀ ਕਰਦੇ 6-6 ਮਹੀਨੇ ਦੇ ਕੋਰਸ ਕਰਾਉਨੇ ਹੁਣ ਦੇਖੋ 6 ਮੰਥਸ ਆ ਗਿਆ 6 ਮੰਥਸ 6 ਮੰਥਸ ਦੇ ਉਹ ਪ੍ਰੋਗਰਾਮ ਹੈ ਜਿਹੜੇ ਜੌਬ ਓਰੀਐਂਟਡ ਪ੍ਰੋਗਰਾਮ ਜਿਹੜਾ ਕਰਕੇ ਉਹ ਬੱਚਾ ਜਾਂ ਨੌਕਰੀ ਕਰੇਗਾ ਜਾਂ ਆਪਣਾ ਰੁਜ਼ਗਾਰ ਖੋਲੇਗਾ ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ 6 ਮਹੀਨੇ ਦਾ ਕਾਰਪੈਂਟਰੀ ਦਾ ਕੋਰਸ ਹੈ ਦੈਨ ਬਿਊਟੀਸ਼ੀਅਨ ਕੁੜੀਆਂ ਵਾਸਤੇ ਦੈਨ ਕਟਿੰਗ ਐਂਡ ਟੇਲਰਿੰਗ ਇਹ ਬੱਚੀਆਂ ਜਦੋਂ ਕਰਦੀਆਂ ਨੇ ਕੋਰਸ ਕਰਦੀਆਂ ਤਾਂ ਉਹ ਬਿਊਟੀਸ਼ੀਅਨ ਕਰਕੇ ਉਹ ਕੀ ਕਰਦੀ ਪਿੰਡਾਂ ਵਿੱਚੋਂ ਦੋਲਨ ਬਣਾਉਣ ਲਈ ਜਾਂ ਹੋਰ ਕੰਮ ਕਾ ਲਈ ਬੜੇ ਪੈਸੇ ਕਮਾ ਰਹੀ ਹੈ ਕਟਿੰਗ ਐਂਡ ਟ੍ਰੇਲਿੰਗ ਵਿੱਚੋਂ ਆਪਣਾ ਕਰ ਰੁਜ਼ਗਾਰ ਇਹਨਾਂ ਨੂੰ ਅਸੀਂ ਜਦੋਂ ਕਰ ਲੈਂਦੇ ਕੋਰਸ ਸਵਿੰਗ ਮਸ਼ੀਨਸ ਵੀ ਗਿਫਟ ਕਰਦੇ ਹਾਂ 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 ਸੋ ਇਹ ਸਕੀਮ ਦੇ ਅਸਲ ਵਿੱਚ ਪਿੰਡਾਂ 'ਚ ਸੈਂਟਰ ਖੋਲਦੇ ਸਾਡੇ ਕੋਲ ਨਹੀਂ ਆਣਾ ਪੈਂਦਾ ਉਹਨਾਂ ਨੂੰ ਅਸੀਂ ਪਿੰਡਾਂ ਵਿੱਚ ਡਿਫਰੈਂਟ ਸੈਕਸ਼ਨ ਸੈਂਟਰਸ ਖੋਲਦੇ ਆਂ ਔਰ ਜਦੋਂ ਪਿੰਡ ਦੇ ਕਵਰ ਹੋ ਜਾਂਦੇ ਬੱਚੇ ਅਸੀਂ ਸੈਂਟਰ ਆਪਣਾ ਸ਼ਿਫਟ ਕਰ ਦਿੰਦੇ ਹਾਂ ਕਿਸੇ ਹੋਰ ਪਿੰਡ ਕੋਲ ਲੈਂਦੇ ਸੋ 10-12 ਸੈਂਟਰ ਸਾਡੇ ਚੱਲਦੇ ਆ ਔਰ ਇਹ ਸਕੀਮ ਦਾ ਬਹੁਤ ਪੌਪੂਲਰ ਹੈ ਇਹਦੇ ਵਿੱਚ ਕੋਈ ਫੀਸ ਵੀ ਨਹੀਂ ਹੈ ਸਿਰਫ 0 ਰੁਪੀਸ ਫੀਸ ਹੈ ਬਿਨਾ ਪੈਸੇ ਦੇ ਇੱਕ ਕੋਰਸ ਕਰਵਾਇਆ ਜਾਂਦਾ ਹੈ ਕਈ ਵਾਰ ਹੁੰਦਾ ਕਿ ਤੁਸੀਂ ਜੇ ਤੋ ਐਡਮਿਸ਼ਨ ਲੈ ਲਈ ਤਾਂ ਕੁਝ ਸਬਜੈਕਟਸ ਤੁਸੀਂ ਚੂਜ਼ ਕਰ ਲਏ ਫਿਰ ਤੁਹਾਡਾ ਦਿਲ ਨਹੀਂ ਲੱਗਾ ਤੁਹਾਨੂੰ ਲੱਗਾ ਕਿ ਮੈਂ ਉਦੋਂ ਗਲਤੀ ਕੀਤੀ ਮੈਂ ਸਬਜੈਕਟਸ ਬਦਲ ਲਵਾਂ ਮੈਂ ਆਪਣੀ ਲਾਈਨ ਬਦਲਣਾ ਚਾਹਣਾ ਪੋਸੀਬਲ ਹੈਗਾ ਕਿ ਬਿਲਕੁਲ ਜੀ ਹਾਂ ਆਮ ਤੌਰ ਤੇ ਹੁੰਦਾ ਬੱਚੇ ਕਿਸੇ ਨੂੰ ਪੁੱਛ ਕੇ ਜਾਂ ਸਾਡਾ ਉਹਨਾਂ ਦੇ ਘਰ ਰਿਸ਼ਤੇਦਾਰ ਹੈ ਜਾਂ ਆਸ-ਪਾਸ ਉਹ ਕੋਰਸ ਲੈ ਲੈਂਦੇ ਉਹ ਬਾਅਦ ਚ ਦੇਖਦੇ ਕਿ ਯਾਰ ਇਹ ਕੋਰਸ ਦੀ ਮੈਂ ਤਾਂ ਉਹ ਲੈਣਾ ਸੀ ਕੋਰਸ ਤੋ ਪੋਲ ਟੈਕਨਿਕ ਵਿੱਚ ਤਾਂ ਇਹ ਬਹੁਤ ਅੱਛਾ ਹੈ ਕਿਉਂਕਿ ਪਹਿਲਾ ਸਾਲ ਕਾਮਨ ਹੁੰਦਾ ਸੋ ਪਹਿਲੇ ਸਾਲ ਤੋਂ ਬਾਅਦ ਸੇਮ ਸਬਜੈਕਟ ਹੁੰਦੇ ਫਿਜ਼ਿਕਸ, ਕੈਮਿਸਟਰੀ, ਮੈਥ, ਇੰਗਲਿਸ਼ ਸੋ ਸੈਕੰਡ ਯੀਅਰ ਤੋਂ ਹੀ ਸਟਾਰਟ ਹੋਣੀ ਇੰਜੀਨੀਅਰਿੰਗ ਉਹ ਬੱਚਿਆਂ ਨੂੰ ਆਪਸ਼ਨ ਦਿੱਤੀ ਜਾਂਦੀ ਹੈ ਬੋਰਡ ਵੱਲੋਂ ਵੀ ਜਿਹੜੇ ਬੱਚੇ ਅਪਲਾਈ ਕਰ ਸਕਦੇ ਨੇ ਜਿਹੜੇ ਚੇਂਜ ਕਰਨ ਲੇਕਿਨ ਹੁੰਦਾ ਮੈਰਿਟ ਨਾਲ ਹੀ ਹੈ ਅਗਰ ਬੱਚੇ ਜ਼ਿਆਦਾ ਅਪਲਾਈ ਕਰ ਲੈਣ ਤਾਂ ਜਿੰਨੀਆਂ ਸੀਟਾਂ ਅਵੇਲੇਬਲ ਨੇ ਉਸ ਹਿਸਾਬ ਨਾਲ ਮੈਰਿਟ ਨਾਲ ਤੁਹਾਨੂੰ ਮਿਲਦਾ ਹੈ ਜਿਹੜੇ ਆਈਟੀਆਈ ਹੈ ਉਹਦੇ ਵਿੱਚ ਜਦ ਤੱਕ ਐਡਮਿਸ਼ਨ ਸਟਾਰਟ ਨਹੀਂ ਹੁੰਦਾ ਪ੍ਰੋਸੈਸ ਜਿਸ ਤਰ੍ਹਾਂ ਤੁਸੀਂ ਐਡਮਿਸ਼ਨ ਹੋ ਗਈ ਤੁਹਾਡੀ ਜੁਲਾਈ ਚ ਤੇ ਸਪਟੰਬਰ ਚ ਬੈਚ ਸਟਾਰਟ ਹੈ ਇਹ 2 ਮਹੀਨੇ ਦੇ ਅੰਦਰ ਤੁਹਾਨੂੰ ਬਦਲਣਾ ਪੈਣਾ ਹੈ ਅਗਰ ਉਹ ਬਦਲ ਸਕਦੇ ਹੋ ਨਹੀਂ ਤਾਂ ਫਿਰ ਉਹ ਕੋਰਸ ਤੁਸੀਂ ਚੇਂਜ ਨਹੀਂ ਕਰ ਸਕਦੇ ਓਕੇ ਫਿਰ ਤੁਹਾਨੂੰ ਪੂਰਾ ਕਰਨਾ ਹੀ ਪੈਣਾ ਹੈ ਹਾਂਜੀ ਸੋ ਸਾਰਾ ਦਿਨ ਪੜੀ ਜਾਣਾ ਪੜੀ ਜਾਣਾ ਇਸ ਤੋਂ ਇਲਾਵਾ ਕੁਝ ਹੋਰ ਵੀ ਹੁੰਦਾ ਕੁਝ ਖੇਡਾਂ ਵੀ ਹੁੰਦੀਆਂ ਨੇ ਕੁਝ ਸੈਲੀਬ੍ਰੇਸ਼ਨਸ ਕੋਈ ਨਾਟਕ ਕੋਈ ਜਿਹਦਾ ਦੀ ਐਕਟੀਵਿਟੀਆਂ ਸੱਭਿਆਚਾਰਕ ਜੀ ਆਪਾ ਹਾਂ ਬਿਲਕੁਲ ਜੀ ਆਪਾ ਬੱਚੇ ਦਾ ਸਰਪੱਕੀ ਵਿਕਾਸ ਚਾਹਨੇ ਆ ਹੋਲਿਸਟਿਕ ਡਵੈਲਪਮੈਂਟ ਤਾਂ ਸਾਨੂੰ ਇੱਕ ਖੇਡਾਂ ਔਰ ਸਪੋਰਟਸ ਨੂੰ ਨਾਲ ਜੋੜਨਾ ਪੈਣਾ ਹੈ ਡੈਫੀਨਿਟਲੀ ਆਈਟੀ ਤੇ ਪੋਲਟੈਂ ਦੋਨਾਂ ਵਿੱਚ ਯੂਥ ਮੇਲੇ ਹੁੰਦੇ ਆ ਸਪੋਰਟਸ ਦੀਆਂ ਖੇਡਾਂ ਕਲਚਰਲ ਦੀਆਂ ਖੇਡਾਂ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਅਸੀਂ ਦੇਖੋ ਅਸੀਂ ਇੰਜੀਨੀਅਰ ਬਣਾ ਸਕਦੇ ਡਾਕਟਰ ਬਣਾ ਸਕਦੇ ਅਸੀਂ ਇਨਸਾਨ ਬੱਚੇ ਨੂੰ ਨਹੀਂ ਬਣਾ ਸਕਦੇ ਇਨਸਾਨ ਕਿੱਥੋਂ ਬਣੇਗਾ ਅਗਰ ਐਕਸਟਰਾ ਕਰਿਕੂਲਰ ਐਕਟੀਵਿਟੀ ਵਿੱਚ ਪਾਰਟ ਕਰੀਏ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਾ ਸਾਰਾ ਦਿਨ ਤੁਸੀਂ ਹੁਣ ਦੇਖੋ ਤੁਸੀਂ ਦੇਖੋਗੇ ਵੱਡੀਆਂ ਇੰਡਸਟਰੀਆਂ ਵਿੱਚ ਉੱਥੇ ਉਹਨਾਂ ਨੇ ਪੂਲ ਬਣਾਏ ਹੋਏ ਨੇ ਗੇਮਸ ਬਣਾਇਆ ਹੋਈਆਂ ਚੈਸ ਖੇਡਣ ਵਾਸਤੇ ਕੈਰਮ ਬੋਰਡ ਖੇਡਣ ਵਾਸਤੇ ਕਿਉਂਕਿ ਮਿਊਜ਼ਿਕ ਵਾਸਤੇ ਵੀ ਮਿਊਜ਼ਿਕ ਵਾਸਤੇ ਕਿਉਂਕਿ ਅਗਰ ਇਹ ਨਹੀਂ ਹੋਏਗਾ ਤਾਂ ਅਸੀਂ ਉਹਨੂੰ ਪੈਨਿਕਸ ਹੋ ਜਾਾਂਗੇ ਅਸੀਂ ਪੈਨਿਚਾਂਗੇ ਸਾਡਾ ਆਉਟਪੁੱਟ ਘਟ ਜਾਏਗਾ ਇੰਡਸਟਰੀ ਫ੍ਰੀ ਚ ਨਹੀਂ ਕਰ ਰਹੀ ਉਹ ਕਰਦੀ ਹੈ ਉਹਨੂੰ ਪਤਾ ਜੇ ਮੈਨੂੰ ਅੱਧਾ ਪੌਣਾ ਘੰਟਾ ਖੇਡਣ ਦੇਵਾਂਗਾ ਇਹ ਮੇਰੀ ਐਫੀਸ਼ੀਐਂਸੀ ਵਧਾਏਗਾ ਇਹ ਆਉਟਪੁੱਟ ਜ਼ਿਆਦਾ ਲੈ ਕੇ ਆਏਗਾ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਔਰ ਇਹਨਾਂ ਤੋਂ ਬਿਨਾ ਮੈਂ ਪੇਰੈਂਟ ਨੂੰ ਖੇਡਾਂ ਐਕਸਟਰਾ ਕੁਲ ਐਕਟੀਵਿਟੀਜ਼ ਵਿੱਚ ਜ਼ਰੂਰ ਪਾਰਟਿਸਪੇਟ ਕਰਨੀ। ਇੱਕ ਚੀਜ਼ ਹੈ ਜਦੋਂ ਐਦਾਂ ਦੀ ਐਕਟੀਵਿਟੀਜ਼ ਬੰਦਾ ਕਰਦਾ ਹੈ ਤਾਂ ਉਹ ਟੀਮ ਵਰਕ ਸਿੱਖਦਾ ਹੈ। ਟੀਮ ਟੀਮ ਚ ਟੀਮ ਚ ਰਹਿ ਕੇ ਕੰਮ ਕਰਕੇ ਟੀਮ ਬੰਦੇ ਨਾਲ ਲੀਡਰਸ਼ਿਪ ਦੋਨੋਂ ਚੀਜ਼ਾਂ ਜਾਂਦੀਆਂ ਉਹਨੂੰ ਉਹ ਦੋਨੋਂ ਚੀਜ਼ਾਂ ਸਿੱਖਦਾ। ਟੀਚਰਸ ਦੇ ਨਾਲ ਜੋ ਰਿਲੇਸ਼ਨਸ ਹੋਣੇ ਚਾਹੀਦੇ ਨੇ ਕਿਉਂਕਿ ਬਿਹੇਵੀਅਰ ਬਹੁਤ ਵਧੀਆ ਚੀਜ਼ ਹੈ। ਤੁਹਾਡਾ ਵਿਵਹਾਰ ਕਿਦਾਂ ਦਾ ਹੈ ਸਾਰੀ ਟੀਮ ਦੇ ਨਾਲ? ਟੀਚਰਸ ਦੇ ਨਾਲ ਆਪਣੇ ਕਲੀਗਸ ਦੇ ਨਾਲ ਨਾਲ ਜਿਹੜੇ ਸਟੂਡੈਂਟਸ ਤੁਹਾਡੇ ਦੋਸਤ ਨੇ ਉਹਨਾਂ ਦੇ ਨਾਲ ਇਹ ਵਿਵਹਾਰ ਬਾਕੀ ਕੈਂਟੀਨ ਵੀ ਹੁੰਦੀ ਹੈ ਕੈਂਟੀਨ ਵਾਲੇ ਦੇ ਨਾਲ ਜਿਹੜਾ ਜਿੱਥੇ ਤੁਸੀਂ ਕਾਰ پارکਿੰਗ ਕਰਦੇ ਹੋ ਜਾਂ ਮੋਟਰਸਾਈਕਲ ਖੜਾ ਕਰਦੇ ਹੋ ਉਹਦੇ ਨਾਲ ਕਿਦਾਂ ਦੇ ਤੁਹਾਡੇ ਸਲੂਕ ਨੇ ਇੱਕ ਸਕੂਲ ਪੂਰੀ ਐਜੂਕੇਸ਼ਨ ਪੂਰੀ ਅਜੇ ਬੱਚਾ ਸਟਾਰਟ ਤੋਂ ਮੈਂ ਐਲकेजी ਤੋਂ ਗੱਲ ਕਰਦਾ 10ਵੀਂ ਤੱਕ ਬਰਜ 35000 ਘੰਟੇ ਉਹ ਆਪਣੇ ਟੀਚਰਸ ਨਾਲ ਗੁਜ਼ਾਰਦਾ ਹੈ ਜੇ ਕੱਲੀ ਆਈਟੀਆਈ ਦੀ ਗੱਲ ਕਰੀ ਤਾਂ 2400 ਘੰਟਾ एक विद्यार्थी उन्होंने गुजारता जे असी पॉलिटिक गल करिए छत्ती सौ घंटा वो गुजार सो ये रिश्ता बहुत ही बेहतरीन होना चाहिए क्योंकि साढ़े गुरु है ये समर्पण तो चाहिए जब आप कुछ कि म्यूजिक सीखना गिटार सीखना जब तक असी समर्पण नहीं है नहीं सकते जो असी संगीत सीखना है उस तरह टैक्नीकल प्रोग्राम्स हैं जो असी कोई आर्ट सीखनी है आर्ट ता ही सीख स जो असी गुरु तो समर्पण होइए सो यह रिश्ता बहुत मजबूत होना चाहिए पर अचक जो मैं देखता यह रिश्ता उस तरह नहीं रहा ਜਿਸ ਤਰ੍ਹਾਂ ਪਹਿਂਤਰ ਰਿਸ਼ਤਾ ਪਹਿਲਾਂ ਹੁੰਦਾ ਸੀ ਇਹਦੇ ਚ ਨਿਗਾਰ ਆ ਗਿਆ ਥੋੜਾ ਜਿਹਾ ਡਾਊਨ ਪਾ ਲਈ ਹੈ ਲੇਕਿਨ ਮੈਂ ਸਮਝਦਾ ਤਾੜੀ ਇਕੱਤਰ ਨਹੀਂ ਵੱਜਦੀ ਦੋਹਾਂ ਦਾ ਹੀ ਕਸੂਰ ਸੋ ਇਹ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ ਜੇ ਅਸੀਂ ਟੈਕਨਿਕ ਐਜੂਕੇਸ਼ਨ ਦਾ ਰੀਅਲ ਕਨਸੈਪਟ ਲਈਏ ਅਸੀਂ ਹਾਸਲ ਕਰਨੇ ਕੋਸ਼ਿਸ਼ ਤਾਂ ਗੁਰੂ ਦੇ ਨਾਲ ਸਮਰਪਟਤਾ ਬਹੁਤ ਹੈ ਗੁਰੂ ਦੋ ਸ਼ਬਦਾਂ ਨਾਲ ਬਣਿਆ ਗੁਰੂ ਅੰਧਕਾਰ ਤੋਂ ਪ੍ਰਕਾਸ਼ ਗੂ ਅੰਧੇਰਾ ਤੇ ਰੂਪ ਪ੍ਰਕਾਸ਼ ਉਥੋਂ ਲੈ ਕੇ ਜਾਣ ਵਾਲਾ ਉਪਰਕਰਕ ਇੱਕ ਵਾਰੀ ਇੱਕ ਐਸਾ ਹੀ ਪ੍ਰਿੰਸੀਪਲ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਉਹ ਕਹਿੰਦੇ ਕਿ ਮੈਂ ਆਪਣੇ ਸਟੂਡੈਂਟਸ ਨੂੰ ਇਹ ਵੀ ਦੱਸਦਾ ਕਿ ਜਿਹੜੇ ਸਾਰੇ ਕਮਰਿਆਂ ਦੀ ਸਫਾਈ ਕਰਦਾ ਹੈ ਨਾ ਸਟਾਫ ਸੋਰੇ ਜਿਹਨੂੰ ਤੁਸੀਂ ਪਿਓਨ ਕਹਿੰਦੇ ਹੋ ਉਹਨਾਂ ਦੇ ਨਾਂ ਕੀ ਨੇ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦੇ ਨੇ ਕਿਉਂਕਿ ਉਹ ਕਲਾਸ ਨੂੰ ਤਿਆਰ ਕਰਦੇ ਨੇ ਤੁਹਾਡੇ ਬੈਠਣ ਵਾਸਤੇ ਤੁਹਾਡੇ ਪੜ੍ਹਨ ਵਾਸਤੇ ਤਾਂ ਇਹ ਸੱਭਿਆਚਾਰ ਬਣ ਸਕਦਾ ਹੈ ਸਟੂਡੈਂਟਸ ਦਾ ਸੋ ਇੱਕ ਚੀਜ਼ ਤੁਸੀਂ ਕਹੀ ਹੈ ਕਿ ਡ੍ਰੌਪਆਊਟਸ ਜ਼ਿਆਦਾ ਹੋ ਜਾਂਦੇ ਨੇ ਲੋਕੀ ਪੜ੍ਹਾਈ ਛੱਡ ਕੇ ਚਲੇ ਜਾਂਦੇ ਨੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਇੰਨੀ ਫੈਸਿਲਿਟੀਆਂ ਇੰਨਾ ਪਿਆਰਾ ਮਾਹੌਲ ਹੋਣ ਤੋਂ ਬਾਅਦ ਪੜ੍ਹਾਈ ਕਿਉਂ ਛੱਡ ਦਿੰਦੇ ਨੇ ਡ੍ਰੌਪਆਊਟਸ ਕਿਉਂ ਪਿਛਲੇ ਕੁਝ ਸਾਲਾਂ ਚ ਨਾ ਇਹ ਬਹੁਤ ਹੀ ਇੱਕ ਕਨਸੈਪਟ ਬਧਿਆ ਡ੍ਰੌਪਆਊਟ ਦਾ ਸੋ ਦਾ ਕਾਰਨ ਹੈ ਕਿ ਕਈ ਵਾਰੀ ਪੇਰੈਂਟ ਦੇ ਪ੍ਰੈਸ਼ਰ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਉਹ ਬੱਚੇ ਨੂੰ ਕਹਿੰਦੇ ਨਹੀਂ ਤੂੰ ਕੋਰਸ ਕਰ ਲੈ ਕੋਈ ਉਹ ਕੋਈ ਹੋਰ ਕੋਰਸ ਕਰਨਾ ਚਾਹੁੰਦਾ ਹੈ ਜਾਂ ਕੁਝ 뮤직 ਸਿੱਖਣਾ ਚਾਹੁੰਦਾ ਹੈ ਜਾਂ ਕਿਤੇ ਹੋ ਜਾਣਾ ਚਾਹੁੰਦਾ ਉਹ ਅਸੀਂ ਉਹ ਕਹਿੰਦੇ ਟੈਕਨੀਕਲ ਕੋ ਉਜਰ ਕੋਰਸ ਲੈਣ ਦਾ ਉਹ ਦਿਖਦਾ ਵੀ ਮੈਂ ਇਸ ਬਸਤੇ ਬਣਿਆ ਨਹੀਂ ਹੈ ਤਾਂ ਉਹ ਛੱਡ ਜਣਾ ਪੜਾਏਗੀ ਸੋ ਅਸੀਂ ਇਸ ਲਈ ਕਾਉਂਸਲਿੰਗ ਦੀ ਬਹੁਤ ਜ਼ਰੂਰੀ ਹੈ ਜੇ ਪ੍ਰੋਪਰ ਕਾਉਂਸਲਿੰਗ ਨਾਲ ਬੱਚੇ ਨੂੰ ਕੋਰਸ ਮਿਲੇ ਤਾਂ ਉਹ ਕਾਮਯਾਬ ਹੋ ਸਕਦਾ ਹੈ ਉਹਦੇ ਲਈ ਛੱਡਣ ਦਾ ਨਹੀਂ ਮੌਕਾ ਆਏਗਾ ਬਿਲਕੁਲ ਓਕੇ ਪ੍ਰਿੰਸੀਪਲ ਸਰ ਇੱਕ ਵਾਰੀ ਫਿਰ ਤੋਂ ਵੈਬਸਾਈਟਸ ਅਸੀਂ ਜਾਨਣਾ ਚਾਹਾਂਗੇ ਕਿਉਂਕਿ ਵਿਦਿਆਰਥੀਆਂ ਨੂੰ ਜ਼ਰੂਰੀ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੇ ਇੱਕ ਵਾਰੀ ਫਿਰ ਤੋਂ ਪਲੀਜ਼ ਵੈਬਸਾਈਟ ਜ਼ਰੂਰ ਦੱਸ ਦਿਓ ਹਾਂਜੀ ਆਈਟੀਆਈ ਦੀ ਜਿਹੜੇ ਐਡਮਿਸ਼ਨ ਵਾਸਤੇ ਰਜਿਸਟ੍ਰੇਸ਼ਨ ਵਾਸਤੇ ਸਾਰੀ ਹੈ www.iti punjab.nic.in ਤੇ ਪੋਲ ਟੈਕਨਿਕ ਵਾਸਤੇ www.punjabtech.com ਤੇ www.punjabtech.net ਇਹ ਵੈਬਸਾਈਟਸ ਨੇ ਜਿੱਥੇ ਬੱਚੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਾ ਸਕਦੇ ਐਡਮਿਸ਼ਨ ਲੈ ਸਕਦੇ ਸਾਰੀ ਡਿਟੇਲਸ ਪਤਾ ਕਰ ਸਕਦੇ ਸੇ ਕਹਿੰਦੇ ਨੇ ਕਿ ਜਿਸ ਸਮਾਜ ਨੂੰ ਇੱਕ ਸਿੱਖषक ਸੰਭਾਲਦਾ ਹੈ ਇੱਕ ਟੀਚਰ ਸੰਭਾਲਦਾ ਹੈ ਉਹ ਸਮਾਜ ਕਦੇ ਵੀ ਥੱਲੇ ਨਹੀਂ ਜਾ ਸਕਦਾ ਉਹਦੇ ਚ ਕਦੀ ਨਿਗਾਰ ਨਹੀਂ ਆ ਸਕਦਾ ਕਿਉਂਕਿ ਉਸ ਸਿੱਖषक ਦਾ ਜਿਹੜਾ ਮਨ ਹੈ ਨਾ ਉਹਦੀ ਖੂਬਸੂਰਤੀ ਉਹ ਬਾਹਰ ਆਉਂਦੀ ਕਿਉਂਕਿ ਉਸ ਖੂਬਸੂਰਤੀ ਦੇ ਮੁਤਾਬਿਕ ਹੀ ਉਹ ਸਮਾਜ ਨੂੰ ਬਣਾਉਂਦਾ ਆਪਣੇ ਕਾਲਜ ਨੂੰ ਬਣਾਉਂਦਾ ਹੈ ਇਹ ਉਹੀ ਤੁਹਾਡਾ ਮੈਸੇਜ ਹੈ ਕੀ ਸੰਦੇਸ਼ ਦੇਣਾ ਚਾਹੋਗੇ ਜਿਹਦੇ ਸ ਤੁਹਾਡੇ ਮਨ ਦੀ ਖੂਬਸੂਰਤੀ ਸਾਡੇ ਵਿਦਿਆਰਥੀਆਂ ਤੱਕ ਪਹੁੰਚੇ ਮੈਂ ਆਪਣੇ ਵਿਦਿਆਰਥੀਆਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਸਿੱਖੋ ਹੁਨਰ ਨੌਜਵਾਨੋ ਬਣੋ ਉਦਵੀ ਮੁਢ ਉਖੜੇ ਬੇਰੋਜ਼ਗਾਰੀਆਂ ਦਾ ਸੰਭਰੇ ਜ਼ਿੰਦਗੀ ਦੇਸ਼ ਦੀ ਚੜੇ ਗੁੱਡੀ ਅੰਤ ਹੋਵੇ ਅਲਾਮਤ ਆ ਸਾਰੀਆਂ ਦਾ ਹੁਨਰ ਹੈ ਤਾਂ ਆਜ਼ਾਦੀ ਹੈ ਹੁਨਰ ਹੈ ਤਾਂ ਸੁਰੱਖਿਆ ਹੈ ਚਾਹੇ ਤੁਸੀਂ ਕਿਸੇ ਵੀ ਖੇਤਰ ਚੋਵੋ ਆਰਟ ਵਿੱਚ ਇਜ਼ ਸਾਇੰਸ ਵਿੱਚ ਕਮਰਸ ਵਿੱਚ ਕੋਈ ਨਾ ਕੋਈ ਹੁਨਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇਹ ਹੁਨਰ ਤੁਹਾਡੀ ਮੁੰਦਰੀ ਦੇ ਨਗ ਵਾਂਗੂ ਹੈ ਤੁਹਾਡੇ ਨਾਲ ਨਾਲ ਚੱਲਦਾ ਰਹੇਗਾ ਔਰ ਤੁਹਾਡੇ ਔਖੇ ਵੇਲੇ ਸਾਥ ਦੇਗਾ ਹੁਨਰ ਜ਼ਰੂਰ ਹਾਸਲ ਕਰੋ ਔਰ ਬੜੀ ਸ਼ਿੱਦਤ ਨਾਲ ਕਰੋ ਔਰ ਇਹ ਤੁਸੀਂ ਕਾਮਯਾਬ ਹੋਗੇ ਇਹ ਮੈਨੂੰ ਵਿਸ਼ਵਾਸ ਹੈ ਆਪਣੇ ਆਪ ਤੇ ਸਿਰਫ ਇਹ ਕਰੋ ਕਿ ਆਪਣੇ ਆਪ ਤੇ ਵਿਸ਼ਵਾਸ ਕਰੋ ਤੁਸੀਂ ਹਾਸਲ ਕਰ ਸਕਦੇ ਹੋ ਔਰ ਤੁਸੀਂ ਕਾਮਯਾਬ ਹੋਗੇ ਔਰ ਸਾਡਾ ਅਗਰ ਅਸੀਂ ਦੁਬਾਰਾ ਰੰਗਲਾ ਪੰਜਾਬ ਦੀ ਗੱਲ ਕਰਦੇ ਆ ਜਾਂ ਘੁਗ ਬਸ ਦੇ ਪਾਰ ਦੀ ਗੱਲ ਕਰ ਸਕਦੇ ਇਹ ਇਸ ਖੇਤਰ ਵਿੱਚ ਜਾ ਕੇ ਟੈਕਨਿਕ ਜਾ ਕੇ ਬੱਚੇ ਆਸ ਕਰਦੇ ਆ ਇਸ ਸੁਨੇਹੇ ਨਾਲ ਅਸੀਂ ਆਪਣੇ ਪ੍ਰੋਗਰਾਮ ਦਾ ਸਮਾਪਨ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਬੂਸਟ ਅਪ ਕੀਤਾ ਮੋਟੀਵੇਟ ਕੀਤਾ ਸਾਡੇ ਸਟੂਡੈਂਟਸ ਨੂੰ ਬਹੁਤ ਕੁਝ ਸਿੱਖਣੇ ਤੁਹਾਡੇ ਕੋਲੋਂ ਜ਼ਰੂਰ ਇਸ ਲਾਈਨ ਦੇ ਵਿੱਚ ਕਾਮਯਾਬ ਹੋਣਗੇ ਸਾਡੇ ਵੱਲੋਂ ਡੀਡੀ ਪੰਜਾਬੀ ਵੱਲੋਂ ਸ਼ੁਭਕਾਮਨਾਵਾਂ ਤੁਹਾਨੂੰ ਵੀ ਸ਼ੁਭਕਾਮਨਾਵਾਂ ਸ਼ੁਕਰੀਆ